हर कृष्ण मनाए बहोरी, गुरु तेग बहादुर परम कृपाला, परम कृपाला। श्री गुरु गोबिंद सिंह गोपाल बिसाला, तरों तरा पर पुन पुन सीसा, पुन 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 सीसा। सीसा, बंदों बार बार जगदीशा, जिसमें है अमृत ज्ञान है, माणक भगत बैराग, श्री गुरु ग्रंथ साहिब उदद, बंदों करे अनुराग, एकंकारा सतगुरु, तेहे प्रसाद सच होए। वाहे गुरु जी की फतेह, विघ्न विनाशन सोए। धन धन सतगुरु गरीब नवाज सच्चे पातशाह, दीन दुनिया दे मालिक, चबर छतर तखत दे मालिक, समर्थ गुरु प्रतख गुरु, हाजरा हजूर गुरु, जहरा जहूर गुरु, सर्व कला भरपूर अंतरजामी सच्चे पातशाह, सुख निदान धन धन सच्चे पातशाह, गरीब नवाज अंतरजामी धन धन सतगुरु श्री गुरु ग्रंथ साहिब जी महाराज। अपने अपने मन बिरतियां सारी संगत बड़े प्यार दे नाल एकाग्र करो, ते दोवें हाथ जोड़ के गज के सारी संगत कहो जी धन धन श्री गुरु ग्रंथ साहिब जी महाराज, धन धन श्री गुरु ग्रंथ साहिब जी महाराज, धन धन श्री गुरु ग्रंथ साहिब जी महाराज। सतगुरु जी दी महान पवित्र पावन हाजरी विखे सुभाए मान सतगुरु जी दी खास रूप गुरु खालसा साध संगत जी, आपां सारे ही सतगुरु जी की हाजरी विच सज के सतगुरु जी की अमृतमयी रस भिन्नी गुरबाणी का कीर्तन सरवण कर रहे सां। हजूर महाराज सच्चे पातशाह गरीब नवाज जी ने कृपा की, लड़ीवार कथा का समा होया है। सच्चे पातशाह महाराज जी का पवित्र इतिहास आप जी बड़े प्यार नाल हर रोज़ सरवण करते हो। साध संगत जी आओ एक बारी सारी संगत गज के फतेह बुलाओ जी, वाहिगुरु जी जी का का खालसा। खालसा वाहेगुरु जी की फतेह। गुरु गोबिंद गुरुद्वारे कीर्तन करना फरीद मन होना चाहते पता प्रधान जी ने गल करके। हजूर महाराज सच्चे पातशाह धन श्री गुरु नानक देव साहब जी राजे शिव नाभ दे कोल संगला दीप विच श्री लंका दे विच सच्चे पातशाह जी महाराज गए हन। राजे शिव नाभ ने गुरु साहब नूं परखण वास्ते भी ये वाकई गुरु नानक साहब हन, परखण वास्ते पद्मणी इस्त्री नूं भेजिया है। उहदे नाल 16 इस्त्रियां भेजियां ने, किसे तरीके दे नाल इन्हां दा जिहड़ा मन है ना वो डुला दिओ जी, मन डुलाओ, इन्हां नूं विकारी बना दिओ। जे विकारी ना बने, जे इन्हां दा मन ना डोलिया,
ਇਹ ਗੁਰੂ ਨਾਨਕ ਸਾਹਿਬ ਸੱਚੇ ਹਨ, ਪਹਿਲਿਆਂ ਵਾਲੇ ਨਹੀਂ ਹੈਗੇ ਜਿਨ੍ਹਾਂ ਨੇ ਝੂਠੇ ਨਾਮ ਰੱਖ ਕੇ ਗੁਰੂ ਨਾਨਕ ਸਾਹਿਬ ਜੀ ਉੱਤੇ ਅਤੇ ਆਪਣੇ ਆਪ ਦੀ ਪੂਜਾ ਕਰਵਾਉਣ ਦਾ ਯਤਨ ਕੀਤਾ। ਤੁਸਾਂ ਫਿਰ ਸਰਵਣ ਕੀਤਾ, ਜਦੋਂ ਪਦਮਨੀ ਰਾਤ ਦੇ ਸਮੇਂ 14 ਇਸਤਰੀਆਂ, ਵਾਹਿਗੁਰੂ 16 ਇਸਤਰੀਆਂ ਆਪਣੇ ਨਾਲ ਲੈ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਗਈ, ਬੜੇ ਹਾਵ ਭਾਵ ਉਹਨੇ ਗੁਰੂ ਸਾਹਿਬ ਨੂੰ ਦਿਖਾਏ, ਮਹਾਰਾਜ ਨੂੰ ਡਲਾਉਣ ਦਾ ਬੜਾ ਹੀ ਯਤਨ ਕੀਤਾ, ਪਰ ਜਦੋਂ ਗੁਰੂ ਨਾਨਕ ਸਾਹਿਬ ਨਾ ਡੋਲੇ ਉਹ ਵੀ ਹੈਰਾਨ ਹੋ ਗਈ ਜੀ ਵੀ ਦੁਨੀਆਂ ਦਾ ਕੋਈ ਵੀ ਜਿਹੜਾ ਪੁਰਸ਼ ਹੈ ਨਾ ਉਹ ਸਾਡੇ ਸਾਹਮਣੇ ਡੋਲਣ ਤੋਂ ਬਗੈਰ ਨਹੀਂ ਰਹਿ ਸਕਦਾ ਜੀ। ਇਹ ਕਿਹੋ ਜਿਹੀ ਤਾਕਤ ਹੈ ਜਿਨ੍ਹਾਂ ਦਾ ਮਨ ਹੀ ਨਹੀਂ ਡੋਲਦਾ ਜੀ। ਫਿਰ ਤੁਸਾਂ ਸਰਵਣ ਕੀਤਾ, ਜਦੋਂ ਉਹਨਾਂ ਨੇ ਬਹੁਤਾ ਹੀ ਡਲਾਉਣ ਦਾ ਯਤਨ ਕੀਤਾ ਅਤੇ ਸਿੱਧੇ ਸਿੱਧੇ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੂੰ ਕਹੇ ਵੀ ਮੇਰੀ ਇੱਛਾ ਪੂਰੀ ਕਰੋ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਸਾ ਰਾਗ ਵਿੱਚ ਸ਼ਬਦ ਉਚਾਰਿਆ ਜੀ। ਆਸਾ ਰਾਗ ਵਿੱਚ ਸ਼ਬਦ ਨਿਰਾ ਉਚਾਰਿਆ ਨਹੀਂ, ਗਾ ਕੇ ਮਹਾਰਾਜ ਨੇ ਸੁਣਾਇਆ। ਉਸ ਸ਼ਬਦ ਦੇ ਅਖਰੀ ਅਰਥ ਕੱਲ੍ਹ ਆਪ ਜੀ ਨੇ ਸਰਵਣ ਕੀਤੇ ਸਨ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦੱਸਦੇ ਹੈ, ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤ ਧਾਰੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਰਾਤ ਦੇ ਸਮੇਂ ਇਹ ਸ਼ਬਦ ਉਚਾਰ ਕੇ ਉਹਨਾਂ ਬੀਬੀਆਂ ਨੂੰ ਸਿੱਖਿਆ ਦਿੱਤੀ ਵੀ ਤੁਸੀਂ ਗਹਿਣੇ ਪਾਏ ਹੈ, ਹਾਰ ਸ਼ਿੰਗਾਰ ਕੀਤੇ ਹੈ, ਅਤੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹੈ ਕਹਿੰਦੇ ਤੁਹਾਨੂੰ ਸੱਚੇ ਗਹਿਣੇ ਅਸੀਂ ਪਾਉਣੇ ਦੱਸਦੇ ਹਾਂ। ਮੋਤੀਆਂ ਦੀ ਮਾਲਾ ਜਿਹੜੀ ਗੱਲ 'ਚ ਪਾਈ ਹੈ, ਮਹਾਰਾਜ ਕਹਿੰਦੇ ਸਵਾਸ ਧਾਗਾ ਹੈ ਅਤੇ ਮਨ ਨੂੰ ਮੋਤੀ ਬਣਾ ਲਓ ਅਤੇ ਫਿਰ ਪਰੋਵੋ, ਅਤੇ ਮਹਾਰਾਜ ਨੇ ਕੰਗਣ ਕਿਹੜੇ ਪਾਉਣੇ ਇਹ ਦੱਸਿਆ, ਗਰੀਬ ਨਿਵਾਜ ਜੀ ਨੇ ਗਲ 'ਚ ਹਾਰ ਕਿਹੜਾ ਪਾਉਣਾ ਇਹ ਦੱਸਿਆ, ਫਿਰ ਮਹਾਰਾਜ ਨੇ ਇਹ ਵੀ ਦੱਸਿਆ ਮੰਜਣ ਕਿਸ ਤਰ੍ਹਾਂ ਦਾ ਕਰਨਾ, ਕੱਪੜੇ ਕਿਸ ਤਰ੍ਹਾਂ ਦੇ ਪਾਉਣੇ ਹੈ। ਇਹ ਸਾਰਾ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਸੁਣਾਇਆ, ਉਹ ਕੱਲ੍ਹ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤਾ। ਇਹਦੇ ਤੋਂ ਅੱਗੇ ਜੋ ਕਥਾ ਹੈ ਉਹ ਹੁਣ ਬੜੇ ਪਿਆਰ ਦੇ ਨਾਲ ਸਰਵਣ ਕਰੋ। ਇੱਕ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਹੋਰ ਇਹਨਾਂ ਨੂੰ ਸੁਣਾਉਂਦੇ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਜਾਂਦੇ ਗਏ ਸਤਿਗੁਰੂ ਸ਼ਬਦ ਦੇ ਨਾਲ ਜੀਵਨ ਬਦਲਦੇ ਰਹੇ ਜੀ। ਮਹਾਰਾਜ ਨੇ ਸ਼ਬਦ ਦਾ ਕੀਰਤਨ ਕਰਨਾ, ਗੁਰਬਾਣੀ ਦਾ ਕੀਰਤਨ ਕਰਨਾ ਅਤੇ ਗੁਰਬਾਣੀ ਦਾ ਕੀਰਤਨ ਸੁਣਾ ਕੇ ਅਗਲੇ ਦਾ ਮਨ ਬਦਲ ਦੇਣਾ ਜੀ। ਸੱਜਣ ਠੱਗ ਨੂੰ ਵੀ ਮਹਾਰਾਜ ਨੇ ਗੁਰਬਾਣੀ ਦਾ ਸ਼ਬਦ ਸੁਣਾਇਆ ਜੀ, ਐਸਾ ਸ਼ਬਦ ਸੁਣਾਇਆ ਸੱਜਣ ਤੇ ਕਹਿਣ ਲੱਗਾ ਇਸ ਸ਼ਬਦ ਵਿੱਚ ਮੇਰੇ ਹੀ ਮਨ ਦਾ ਹਾਲ ਹੈ ਸਾਰਾ ਜੀ। ਤੁਸੀਂ ਵੇਖਿਓ ਜਿਸ ਦਿਨ ਮਨ ਜੁੜਿਆ ਹੋਵੇ ਜਾਂ ਕੋਈ ਮਨ ਥੋੜ੍ਹਾ ਬਹੁਤਾ ਪਰੇਸ਼ਾਨੀ ਵਿੱਚ ਹੋਵੇ ਅਤੇ ਜਦੋਂ ਆਪਾਂ ਗੁਰਬਾਣੀ ਦਾ ਕੀਰਤਨ ਸੁਣੀਏ, ਹੁਕਮਨਾਮਾ ਸਾਹਿਬ ਸੁਣੀਏ ਜਾਂ ਫਿਰ ਗੁਰਬਾਣੀ ਦਾ ਪਾਠ ਸੁਣੀਏ, ਕਥਾ ਸੁਣੀਏ, ਅਤੇ ਕਈ ਵਾਰੀ ਬੰਦਾ ਕਹਿੰਦਾ ਇਹਦੇ ਵਿੱਚ ਤਾਂ ਮੇਰੇ ਮਨ ਦਾ ਹੀ ਹਾਲ ਦੱਸਿਆ ਮਹਾਰਾਜ ਨੇ ਜੀ, ਮੇਰੇ ਹੀ ਮਨ ਦਾ ਹਾਲ ਦੱਸਿਆ। ਬਹੁਤ ਵਾਰ ਮੈਂ ਖੁਦ ਸੁਣਿਆ, ਬਹੁਤ ਸਾਰੇ ਪੁਰਸ਼ੇ ਕਹਿੰਦੇ ਹੈ, ਕਹਿੰਦੇ ਜੀ ਇਹ ਤਾਂ ਅੱਜ ਸਾਰੀ ਸਾਡੀ ਹਾਲਤ ਹੀ ਸੀਗੀ ਜੀ, ਅੱਜ ਦੀ ਕਥਾ ਤਾਂ ਸਾਡੀ ਹਾਲਤ ਸੀ, ਅੱਜ ਦਾ ਕੀਰਤਨ ਤਾਂ ਸਾਡੀ ਹਾਲਤ ਸੀ। ਅਤੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਸੁਣੇ ਹੈ ਇਹ ਜਿਹੜਾ ਮੁੱਖ ਵਾਕ ਆਇਆ ਨਾ ਇਹ ਸਾਡੇ ਵਾਸਤੇ ਹੀ ਆਇਆ, ਅੱਜ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਐਸਾ ਸ਼ਬਦ ਉਚਾਰਦੇ ਸਨ ਗੁਰੂ ਗਰੀਬ ਨਿਵਾਜ, ਸੁਣ ਕੇ ਅਗਲੇ ਦਾ ਜੀਵਨ ਬਦਲ ਜਾਂਦਾ ਸੀਗਾ ਜੀ, ਸੁਣ ਕੇ ਜੀਵਨ ਬਦਲ ਜਾਂਦਾ ਸੀਗਾ। ਪਿਆਰਿਓ, ਰੱਬ ਦੀ ਭਗਤੀ ਕਰਨ ਵਾਲਾ ਸਰੀਰ ਹੋਵੇ ਜੀ, ਭਗਤੀ ਕਰਨ ਵਾਲਾ ਸਰੀਰ ਹੋਵੇ, ਉਹ ਕਿਤੇ ਕਿਸੇ ਰੁੱਖ ਦੇ ਹੇਠਾਂ ਬਹਿ ਕੇ ਕੀਰਤਨ ਕਰੇ ਅਤੇ ਉਹਨੂੰ ਫਲ ਲੱਗੇ ਹੋਣ ਖੱਟੇ ਅਤੇ ਕੌੜੇ, ਅਤੇ ਜੇ ਭਗਤੀ ਵਾਲੀ ਰੂਹ ਉਸ ਰੁੱਖ ਦੇ ਹੇਠਾਂ ਬੈਠ ਕੇ ਕਿਤੇ ਕੀਰਤਨ ਕਰਦੇ ਨਾ, ਭਗਤੀ ਵਾਲੀ ਰੂਹ ਜਦੋਂ ਆਪਣੇ ਮੁੱਖ ਤੋਂ ਕੀਰਤਨ ਕਰਦੀ ਹੈ ਅਤੇ ਇੰਨਾ ਪ੍ਰਤਾਪ ਹੁੰਦਾ ਵੀ ਉਹ ਕੌੜੇ ਫਲਾਂ ਨੂੰ ਮਿੱਠਿਆਂ ਕਰ ਦਿੰਦੀ ਹੈ ਜੀ, ਇੰਨਾ ਅਸਰ ਪੈ ਜਾਂਦਾ ਜੀ। ਸੋ ਮਹਾਰਾਜ ਉਹਨਾਂ ਨੂੰ ਹੋਰ ਸ਼ਬਦ ਸੁਣਾਉਂਦੇ ਹੈ, ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਇਹ ਉਹੋ ਹੀ ਸ਼ਬਦ ਹੈ ਜਿਹਦੇ ਵਿੱਚ ਮਹਾਰਾਜ ਨੇ ਉਹਨਾਂ ਵੈਸ਼ਿਆਵਾਂ ਨੂੰ ਆਪਣੀਆਂ ਬੱਚੀਆਂ ਕਹਿਣਾ ਹੈ ਜੀ, ਉਹਨਾਂ ਵੈਸ਼ਿਆਵਾਂ ਨੂੰ
ਆਪਣੀਆਂ ਬੱਚੀਆਂ ਆਖਣਾ ਹੈ। ਇਹ ਉਹ ਸ਼ਬਦ ਹੈ ਬੜੇ ਪਿਆਰ ਦੇ ਨਾਲ। ਆਪਾਂ ਸਾਰੇ ਹੀ ਸਰਵਣ ਕਰੀਏ ਜੀ, ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸਰਬ ਸ਼ਬਦ ਸਮਝਾਏ ਇਹ ਸ੍ਰੀ ਨਾਨਕ ਜਗ ਕੰਤ। ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਦਮਣੀ ਨੂੰ ਅਤੇ ਉਹਦੀਆਂ 16 ਸਾਥਣਾਂ ਨੂੰ ਬੜੇ ਪਿਆਰ ਦੇ ਨਾਲ ਉਸ ਸ਼ਬਦ ਦੇ ਅਰਥ ਵੀ ਸਮਝਾਏ ਵੀ ਵਾਹਿਗੁਰੂ ਦੇ ਨਾਮ ਦਾ ਕੱਪੜਾ ਪਾਓ। ਕੱਲ੍ਹ ਸੁਣਿਆ ਸੀ ਨਾ ਤੁਸੀਂ, ਉਹ ਬੜੇ ਬੜੇ ਮਹਿੰਗੇ ਕੱਪੜੇ ਪਾਉਂਦੀਆਂ, ਬੜਾ ਹਾਰ ਸ਼ਿੰਗਾਰ ਕਰਦੀਆਂ। ਮਹਾਰਾਜ ਨੇ ਦੱਸਿਆ ਵੀ ਨਾਮ ਦਾ ਕੱਪੜਾ ਪਾਓ। ਇਸ ਤਰੀਕੇ ਨਾਲ ਸਾਰਿਆਂ ਨੇ ਬੜੇ ਪਿਆਰ ਨਾਲ ਸ਼ਬਦ ਦੇ ਅਰਥ ਸੁਣੇ ਜੀ। ਹਾਂਜੀ, ਅਸ਼ਟਪਦੀ ਪੁਨ ਅਰਥ ਸੌ ਉਚਰੀ ਰਾਗ ਬਸੰਤ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਸੰਤ ਰਾਗ ਵਿੱਚ ਅਸ਼ਟਪਦੀ ਪੂੜੀ ਉਚਾਰੀ ਜੀ। ਪੂਰਾ ਅਸ਼ਟਪਦੀ ਵਾਲਾ ਸ਼ਬਦ ਜਿਹੜਾ ਹੈ ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਿਆ ਜੀ। ਹਾਂਜੀ, ਜਗ ਕਊਆ ਬਸੰਤ ਮਹੱਲਾ ਪਹਿਲਾ ਜਗ ਕਊਆ ਨਾਮ ਨਹੀਂ ਚੀਤ ਨਾਮ ਵਿਸਾਰ ਗਿਰੈ ਦੇਖ ਭੀਤ। ਮਹਾਰਾਜ ਪਦਮਨੀ ਨੂੰ ਦੱਸ ਰਹੇ ਹੈ, ਮਹਾਰਾਜ ਨੇ ਇਹ ਸ਼ਬਦ ਗਾਇਆ ਜੀ। ਹੁਣ ਤੁਸੀਂ ਖੁਦ ਸੋਚੋ, ਜਦੋਂ ਗੁਰੂ ਨਾਨਕ ਸਾਹਿਬ ਆਪਣੀ ਰਸਨਾ ਤੋਂ ਸ਼ਬਦ ਗਾਉਂਦੇ ਹੋਣਗੇ ਅਤੇ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਹੋਣਗੇ, ਕਿੱਡਾ ਸੋਹਣਾ ਮਾਹੌਲ ਬਣਦਾ ਹੋਏਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਿਆ ਜਗ ਕਊਆ ਨਾਮ ਨਹੀਂ ਚੀਤ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੌਖੇ ਸੌਖੇ ਅਤੇ ਸਿੱਧੇ ਸਿੱਧੇ ਅਰਥ ਦਾਸ ਆਪ ਜੀ ਨੂੰ ਬੇਨਤੀ ਕਰੀ ਚੱਲੇ। ਮਹਾਰਾਜ ਕਹਿੰਦੇ ਪਦਮਣੀ ਇਹ ਜਿਹੜਾ ਜਗਤ ਹੈ ਨਾ, ਜਗਤ ਕਾਂ ਵਰਗਾ ਹੈਗਾ, ਕਾਂ ਵਰਗਾ ਜੀ, ਕਾਂ ਵਰਗਾ ਹੈਗਾ। ਕਾਂ ਬਹੁਤ ਘੱਟ ਤੁਸੀਂ ਆਪਣੀ ਜ਼ਿੰਦਗੀ 'ਚ ਸਾਫ਼ ਸੁਥਰੇ ਥਾਂ 'ਤੇ ਵੇਖੇ ਹੋਣਗੇ ਜੀ, ਬਹੁਤ ਘੱਟ। ਕਿਤੇ ਸਬੱਬੀ ਹੋ ਗਿਆ ਹੋਵੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ, ਨਹੀਂ ਤਾਂ ਕਾਂ ਕਦੀ ਸਾਫ਼ ਸੁਥਰੀ ਥਾਂ 'ਤੇ ਨਹੀਂ ਬੈਠੇ ਵੇਖੇ ਗਏ ਜੀ। ਕਿੱਥੇ ਬਹਿੰਦੇ ਜੀ? ਕੂੜੇ ਦੇ ਢੇਰ 'ਤੇ ਬਹਿੰਦੇ ਜੀ, ਗੰਦਗੀ 'ਤੇ ਬਹਿੰਦੇ। ਮਹਾਰਾਜ ਬਾਣੀ ਵਿੱਚ ਲਿਖਦੇ ਆ ਵੀ ਜਿਹੜਾ ਕਾਂ ਹੈ ਨਾ, ਇਹ ਗੰਦਗੀ 'ਚ ਮੂੰਹ ਮਾਰ ਕੇ ਜਿਹੜਾ ਖੁਸ਼ ਹੁੰਦਾ ਹੈ ਜੀ। ਮਹਾਰਾਜ ਕਹਿੰਦੇ ਪਦਮਨੀ ਇਹ ਜਿਹੜਾ ਸੰਸਾਰ ਹੈ ਕਾਂ ਵਰਗਾ ਹੈਗਾ, ਕਾਂ ਵਰਗਾ। ਅਤੇ ਜਿਵੇਂ ਕਾਂ ਦਾ ਸੁਭਾਅ ਹੈ ਵੀ ਕਾਂ ਜਿਹੜਾ ਉਹ ਗੰਦਗੀ ਵਿੱਚ ਹੀ ਧਿਆਨ ਰੱਖਦਾ ਹੈ, ਇਸੇ ਤਰ੍ਹਾਂ ਸੰਸਾਰ ਜਿਹੜਾ ਹੈ ਉਹ ਗੰਦਗੀ ਵਿੱਚ ਹੀ ਧਿਆਨ ਰੱਖਦਾ ਜੀ, ਵਿਕਾਰਾਂ 'ਚ ਧਿਆਨ ਰੱਖਦਾ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਕੋਈ ਵਿਰਲਾ ਪੁਰਸ਼, ਕੋਈ ਵਿਰਲਾ ਪੁਰਸ਼ ਜਿਹੜਾ ਇਸ ਤਰ੍ਹਾਂ ਦਾ ਨਾ ਹੋਵੇ, ਨਹੀਂ ਤਾਂ ਲਗਭਗ ਦੁਨੀਆਂ ਦਾ ਇਹੋ ਹੀ ਹਾਲ ਹੈ, ਗੰਦਗੀ 'ਚ ਧਿਆਨ ਹੈਗਾ ਜੀ, ਵਿਕਾਰਾਂ 'ਚ ਧਿਆਨ ਹੈਗਾ ਜੀ। ਮੈਨੂੰ ਇੱਕ ਚੰਗੇ ਕਿਸੇ ਸੁਰਤ ਵਾਲੇ ਪੁਰਸ਼ ਨੇ ਆਖਿਆ, ਉਹ ਕਹਿੰਦਾ ਵੀ ਜਿੰਨਾ ਚਿਰ ਹਾਲ ਵਿੱਚ ਰਹਿੰਦੇ ਹਾਂ ਉਨਾ ਚਿਰ ਤੱਕ ਤਾਂ ਮਨ ਬੜਾ ਵਧੀਆ ਰਹਿੰਦਾ, ਬਾਹਰ ਜਾਂਦਿਆਂ ਹੀ ਜੋ ਹਾਲ ਬਣਦਾ ਕਹਿੰਦਾ ਪੁੱਛਿਓ ਨਾ ਸਾਡੇ ਕੋਲੋਂ, ਪੁੱਛਿਓ ਨਾ। ਅਤੇ ਮਸਕੀਨ ਜੀ ਨੇ ਇੱਕ ਪੁਰਸ਼ ਕੋਲੋਂ ਪੁੱਛਿਆ, ਪ੍ਰਿੰਸੀਪਲ ਗੰਗਾ ਸਿੰਘ ਜੀ ਕੋਲੋਂ, ਵੀ ਤੁਹਾਡੇ ਮਨ ਦਾ ਕੀ ਹਾਲ ਹੈ? ਸਾਰਿਆਂ ਵਿੱਚ ਪੁੱਛ ਲਿਆ, ਉਹ ਕਹਿੰਦੇ ਮਸਕੀਨ ਇਹ ਪ੍ਰਸ਼ਨ ਤੂੰ ਅਸੱਭਿਅ ਪੁੱਛਿਆ। ਕਹਿੰਦੇ ਕਿਉਂ? ਕਹਿੰਦੇ ਜੋ ਮੇਰੇ ਮਨ ਦਾ ਹਾਲ ਹੈ ਮੈਂ ਬੋਲ ਕੇ ਨਹੀਂ ਦੱਸ ਸਕਦਾ, ਇੰਨਾ ਮੈਲਾ। ਕਹਿੰਦੇ ਜਗਤ ਜਿਹੜਾ ਨਾ ਜੀ, ਇਹ ਕਾਂ ਵਰਗਾ ਹੈਗਾ ਜੀ, ਕਾਂ ਵਰਗਾ ਜੀ। ਕਾਂ ਨੇ ਚੁੰਝ ਮਾਰਨੀ ਗੰਦਗੀ 'ਚ, ਚੁੰਝ ਮਾਰਨੀ ਜੀ, ਗੰਦਗੀ 'ਤੇ ਬਹਿੰਦਾ, ਗੰਦਗੀ 'ਤੇ ਬਹਿੰਦਾ। ਅਤੇ ਕਾਂ ਦੀ ਆਵਾਜ਼ ਕਿਤੇ ਸੁਰੀਲੀ ਨਹੀਂ ਮਿਲੇਗੀ ਤੁਹਾਨੂੰ ਜੀ, ਵੀ ਕਾਂ ਦੀ ਆਵਾਜ਼ ਸੁਰੀਲੀ ਹੋਵੇ। ਕਾਂ ਨੇ ਜਦੋਂ ਬੋਲਣਾ ਬੜਾ ਬੇਸੁਰਾ ਬੋਲਣਾ ਅਤੇ ਦੁੱਖ ਦੇਣ ਵਾਲਾ ਬੋਲਣਾ, ਸੁਣਨ ਵਾਲੇ ਦਾ ਸਿਰ ਪੀੜਾਉਣ ਲੱਗ ਪੈਂਦਾ। ਬਸ ਇਸੇ ਹੀ ਤਰ੍ਹਾਂ ਜਿਹੜਾ ਸੰਸਾਰ ਹੈ ਨਾ ਜੀ, ਇਹ ਸਾਰਾ ਕਾਂ ਵਰਗਾ ਬਣਿਆ ਪਿਆ ਜੀ। ਮਹਾਰਾਜ ਪਦਮਨੀ ਨੂੰ ਸਮਝਾਉਂਦੇ ਗੁਰੂ ਨਾਨਕ ਸਾਹਿਬ ਜੀ, ਜਗ ਕਊਆ ਨਾਮ ਨਹੀਂ ਚੀਤ। ਮਹਾਰਾਜ ਕਹਿੰਦੇ ਪਦਮਨੀ
ਜਗਤ ਕਾਂ ਵਰਗਾ ਬਣਿਆ ਪਿਆ ਤੇ ਵਾਹਿਗੁਰੂ ਦੇ ਨਾਮ ਨੂੰ ਚਿੱਤ ਵਿੱਚ ਨਹੀਂ ਵਸਾਉਂਦਾ। ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਇਸ ਪਾਸੇ ਨਹੀਂ ਜਗਤ ਧਿਆਨ ਲਾਉਂਦਾ। ਹਾਂਜੀ, ਨਾਮ ਵਿਸਾਰ, ਨਾਮ ਵਿਸਾਰ ਗਿਰਹਿ ਦੇਖ ਭੀਤ, ਤੇ ਨਾਮ ਨੂੰ ਭੁਲਾ ਕੇ ਨਾ, ਨਾਮ ਨੂੰ ਭੁਲਾ ਕੇ ਤੇ ਜਿਵੇਂ ਕਾਂ ਚੰਗਿਆਈ ਨੂੰ, ਸਵੱਛਤਾ ਨੂੰ, ਸਾਫ ਸੁਥਰੀ ਥਾਂ ਛੱਡ ਕੇ ਗੰਦਗੀ ਤੇ ਬਹਿੰਦਾ, ਐਵੇਂ ਜਿਹੜਾ ਜਗਤ ਹੈ ਇਹ ਨਾਮ ਛੱਡ ਕੇ ਤੇ ਪਦਾਰਥਾਂ ਵਾਲੇ ਪਾਸੇ ਜਾਂਦਾ। ਜੀ ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਵੇਖਿਓ, ਹੋ ਸਕਦਾ, ਹੋ ਸਕਦਾ ਤੁਹਾਨੂੰ ਆਪਣੀ ਜ਼ਿੰਦਗੀ 'ਚ ਕੋਈ ਇੱਕ ਅੱਧਾ ਪੁਰਖ ਮਿਲਿਆ ਹੋਵੇ ਜਿਹਨੇ ਆਖਿਆ ਹੋਵੇ ਵੀ ਮੈਂ ਜਗਤ ਦੀਆਂ ਚੀਜ਼ਾਂ ਨਹੀਂ ਇਕੱਠੀਆਂ ਕਰਨੀਆਂ, ਮੈਂ ਨਾਮ ਹੀ ਇਕੱਠਾ ਕਰਨਾ। ਜੀ ਹੋ ਸਕਦਾ ਜੀ, ਨਹੀਂ ਤਾਂ ਨਹੀਂ ਹੈਗੇ ਜੀ ਲੋਕ ਜੀ, ਕਿਉਂਕਿ ਮਹਾਰਾਜ ਨੇ ਸਾਰਿਆਂ ਦੇ ਸੰਬੰਧ 'ਚ ਗੱਲ ਕਰਤੀ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪੁਰਸ਼ ਦੀ ਤਾਂ ਗੱਲ ਹੀ ਨਹੀਂ ਕੀਤੀ ਮਹਾਰਾਜ ਨੇ, ਕੋਈ ਇੱਕ ਅੱਧਾ ਪੁਰਸ਼ ਮਿਲਿਆ ਹੋਵੇ ਤਾਂ ਗੱਲ ਵੱਖਰੀ ਹੈ, ਨਹੀਂ ਤਾਂ ਸਾਧ ਸੰਗਤ ਜੀ ਬਹੁਤੇ ਪਦਾਰਥ ਇਕੱਠੇ ਕਰਨ ਵਾਲੇ ਹੀ ਹੈਗੇ ਜੀ। ਹੋੜ ਲੱਗੀ ਹੈ, ਜੇ ਕਾਰ ਬਣਾ ਲਈ ਤਾਂ ਕੋਠੀ ਬਣਾਉਣੀ, ਕੋਠੀ ਬਣਾਉਣੀ ਤਾਂ ਬੈਂਕ ਬੈਲੈਂਸ ਇਕੱਠਾ ਕਰ ਲੈਣਾ, ਬੈਂਕ ਬੈਲੈਂਸ ਇਕੱਠਾ ਹੋ ਗਿਆ ਬੱਚਿਆਂ ਨੂੰ ਸੈੱਟ ਕਰ ਦੇਣਾ, ਗਾਂ ਗਾਂ ਗੱਲ ਵਧੀ ਜਾਂਦੀ ਹੈ ਜੀ, ਗਾਂ ਗਾਂ ਗੱਲ ਵਧੀ ਜਾਂਦੀ ਹੈ। ਕੋਈ ਨਹੀਂ ਐਸਾ ਹੈਗਾ ਜਿਹੜਾ ਨਾਮ ਇਕੱਠਾ ਕਰੇ ਜੀ, ਨਾਮ ਇਕੱਠਾ ਕਰੇ ਜੀ, ਨਾਮ ਇਕੱਠਾ ਕਰੇ। ਇੱਕ ਬੰਦਾ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੂੰ ਮਿਲਿਆ, ਉਹਨਾਂ ਦੇ ਜੀਵਨ ਵਿੱਚ ਗੱਲ ਲਿਖੀ ਹੈ। ਉਹ ਕਹਿੰਦੇ ਜੀ ਕੋਈ ਮਹਾਂਪੁਰਖੋ ਸਿੱਖ ਸ਼ੁੱਭ ਸਿੱਖਿਆ ਦਿਓ। ਕਹਿੰਦੇ ਭਾਈ ਜਿਵੇਂ ਪੈਸੇ ਇਕੱਠੇ ਕਰਦਾ, ਪਤਾ ਰੋਜ਼ ਦੀ ਇੰਨੀ ਦਿਹਾੜੀ ਲੈਣੀ ਲੈਣੀ ਹੈ, ਉਵੇਂ ਆਪਣੇ ਜੀਵਨ ਦਾ ਮਕਸਦ ਬਣਾ ਲਾ ਵੀ ਇੰਨੇ ਬਾਣੀ ਪੜ੍ਹਨੀ ਪੜ੍ਹਨੀ ਹੈ। ਉਹ ਮਹਾਂਪੁਰਖ ਕਹਿੰਦੇ 10,000 ਵਾਰ ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਕਹਿੰਦਾ ਇੰਨਾ ਜ਼ਿਆਦਾ? ਤਾਂ ਮਹਾਂਪੁਰਖ ਕਹਿੰਦੇ ਤਾਂ ਬਹੁਤ ਥੋੜ੍ਹਾ ਹੈ, 3 ਘੰਟੇ ਲੱਗਣੇ ਆ ਸਾਰੇ, 3 ਘੰਟੇ। ਗੱਲ ਕੀ ਹੈ, ਉਹਨਾਂ ਦੀ ਸੁਰਤੀ ਸੀ ਨਾਮ ਇਕੱਠਾ ਕਰਨ 'ਚ। ਮਹਾਰਾਜ ਕਹਿੰਦੇ ਨਾਮ ਵਿਸਾਰ ਗਿਰਹਿ ਦੇਖ ਭੀਤ, ਜਿਵੇਂ ਕਾਂ ਚੰਗੀ ਥਾਂ ਨੂੰ ਛੱਡ ਕੇ ਕੂੜੇ ਦੇ ਢੇਰ 'ਤੇ ਜਾ ਕੇ ਬਹਿੰਦਾ, ਉਵੇਂ ਸੰਸਾਰ ਵੀ ਵਾਹਿਗੁਰੂ ਜੀ ਦਾ ਨਾਮ ਛੱਡ ਕੇ ਪਦਾਰਥਾਂ ਦੀ ਕੰਧ 'ਤੇ ਜਾ ਕੇ ਬਹਿੰਦਾ। ਮਹਾਰਾਜ ਕਹਿੰਦੇ ਹਾਂਜੀ, ਮਨੁਆ ਡੋਲੈ ਚੀਤ ਅਨੀਤ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਮਨ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਪਦਮਨੀ ਸੰਸਾਰ ਦਾ ਡੋਲਦਾ ਹੀ ਰਹਿੰਦਾ ਜੀ, ਮਹਾਰਾਜ ਦਾ ਨਹੀਂ ਡੋਲਿਆ ਜੀ ਸੱਚੇ ਪਾਤਸ਼ਾਹ ਦਾ, ਕਿਉਂਕਿ ਸੰਸਾਰ ਨੂੰ ਉਤਾਰਨ ਵਾਸਤੇ ਆਏ ਆ। ਪਰ ਮਹਾਰਾਜ ਉਹਨੂੰ ਦੱਸ ਰਹੇ, ਮਹਾਰਾਜ ਕਹਿੰਦੇ ਵੇਖ ਲਾ ਮਨ ਜਿਹੜਾ ਬੁਰੀ ਨੀਤ ਕਰਕੇ ਡੱਕੇ ਡੋਲੇ ਖਾਂਦਾ ਰਹਿੰਦਾ ਜੀ, ਹਮੇਸ਼ਾ ਡੱਕੋ ਡੋਲੇ ਹੋਇਆ ਰਹਿੰਦਾ ਜੀ। 2 ਮਿੰਟ ਮਨ ਕਹੇਗਾ ਵੀ ਅੱਜ ਤੋਂ ਬਾਅਦ ਭਜਨ ਕਰਨਾ, ਸਿਮਰਨ ਕਰਨਾ, ਨਿਤਨੇਮ 'ਚ ਪੱਕੇ ਰਹਿਣਾ, ਦੂਜੇ ਤੀਜੇ ਮਿੰਟ ਫਿਰ ਬਦਲ ਜਾਂਦਾ ਜੀ, ਫਿਰ ਬਦਲ ਜਾਂਦਾ ਜੀ। ਘਰ ਦੇ ਕੰਮ ਕਾਰ ਐਸੇ ਪੈ ਜਾਂਦੇ ਆ, ਮਨ ਫਿਰ ਬਦਲ ਜਾਂਦਾ ਜੀ। ਮਹਾਰਾਜ ਕਹਿੰਦੇ ਵੇਖ ਲੈ ਸੰਸਾਰ ਦਾ ਮਨ ਡੋਲਦਾ ਰਹਿੰਦਾ ਜੀ, ਡੋਲਦਾ ਰਹਿੰਦਾ। ਆਪਾਂ ਸੰਸਾਰ ਛੱਡ ਦਈਏ ਤੇ ਆਪਣੇ ਵੱਲ ਹੀ ਵੇਖ ਲਈਏ, ਆਪਾਂ ਹੀ ਸੰਸਾਰ ਹਾਂ। ਗੱਜ ਕੇ ਆਖੋ ਵਾਹਿਗੁਰੂ। ਆਪਾਂ ਸੰਸਾਰ ਹੀ ਹਾਂ, ਸੰਸਾਰ ਦਾ ਹਿੱਸਾ ਹੀ ਹੈ। ਮਨ ਸਥਿਰ ਰਹਿੰਦਾ ਹੈ ਜੀ, ਮਨ ਨਹੀਂ ਸਥਿਰ ਰਹਿੰਦਾ, ਮਨ ਫਿਰ ਡੋਲ ਜਾਂਦਾ ਜੀ। ਤੇ ਮਹਾਰਾਜ ਸਾਡੀ ਗੱਲ ਕਰਦੇ ਆ, ਮਹਾਰਾਜ ਕਹਿੰਦੇ ਮਨ ਡੋਲਦਾ ਰਹਿੰਦਾ, ਚੀਤ ਅਨੀਤ ਸਦਾ ਹੀ ਡੋਲਦਾ ਰਹਿੰਦਾ। ਹਾਂਜੀ, ਜਗ ਸਿਉ ਟੂਟੀ ਝੂਠ ਪ੍ਰੀਤ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਦਮਨੀ ਜਿਹੜੀ ਸਾਡੀ ਪ੍ਰੀਤੀ ਹੈ ਨਾ, ਉਹ ਇਸ ਝੂਠੇ ਜਗਤ ਤੋਂ ਟੁੱਟ ਚੁੱਕੀ ਹੈ। ਮਹਾਰਾਜ ਕਹਿੰਦੇ ਟੁੱਟ ਚੁੱਕੀ ਹੈ। ਮਹਾਰਾਜ ਕਹਿੰਦੇ ਅਸੀਂ ਨਹੀਂ ਇਸ ਸੰਸਾਰ ਨਾਲ ਮੋਹ ਜੋੜਿਆ, ਹੁਣ ਸੱਚ ਇਹ ਹੈ ਵੀ ਆਪਾਂ ਸਾਰੇ ਜਗਤ ਵਿੱਚ ਰਹਿੰਦੇ ਅਤੇ ਆਪਣਾ ਧਿਆਨ ਵੀ ਜਗਤ ਵਿੱਚ ਲੱਗਾ ਜੀ। ਰੱਜ ਕੇ ਆਖੋ ਵਾਹਿਗੁਰੂ। ਆਪਣੇ ਮਨ ਕੋ ਪੁੱਛ ਕੇ ਵੇਖ ਲਿਓ, ਜਦੋਂ ਕੋਈ ਗੁਰਮੁਖ ਪਿਆਰਾ ਨਾਮ ਜਪਣ ਬੈਠਦਾ, 1 ਘੰਟਾ, 2 ਘੰਟੇ, 1/2 ਘੰਟਾ ਵਾਹਿਗੁਰੂ ਵਾਹਿਗੁਰੂ ਜਪਦਾ, ਤੇ ਤੁਸੀਂ ਆਪਣੇ ਮਨ ਕੋ ਪੁੱਛੋ ਵੀ ਮਨ ਜਗਤ ਬਾਰੇ ਨਹੀਂ ਸੋਚਦਾ ਜੀ? ਸੰਸਾਰ ਦੇ ਖਿਆਲ ਮਨ ਵਿੱਚ ਆਉਂਦੇ ਕਿ ਨਹੀਂ ਆਉਂਦੇ ਜੀ? ਉਹ ਮਨ 'ਚ ਸੰਸਾਰ ਦੇ ਖਿਆਲ ਆ ਹੀ ਜਾਂਦੇ ਜੀ, ਆ ਹੀ ਜਾਂਦੇ ਹੈ।
ਇਹਦਾ ਮਤਲਬ ਅਜੇ ਸੰਸਾਰ ਛੁੱਟਿਆ ਨਹੀਂ, ਨਾਮ ਜਪਣ ਲੱਗਿਆਂ ਵੀ ਨਹੀਂ ਛੁੱਟਿਆ। ਗੁਰਮੁਖ ਪਿਆਰੇ ਕਹਿੰਦੇ ਕਹਿੰਦੇ ਭਾਈ ਜਦੋਂ ਗੁਰਮੰਤਰ ਦਾ ਜਾਪ ਕਰਨਾ, ਜਦੋਂ ਬਾਣੀ ਪੜ੍ਹਨੀ, ਜਦੋਂ ਕਥਾ ਸੁਣਨੀ, ਤਾਂ ਸੰਸਾਰ ਦਾ ਧਿਆਨ ਹੀ ਛੱਡ ਦੇਣਾ ਸਾਰਾ, ਦੁਨੀਆਂ ਵਾਲੇ ਪਾਸਿਓਂ ਧਿਆਨ ਹੀ ਤੋੜ ਦੇਣਾ ਸਾਰਾ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇਸ ਕਰਕੇ ਅਸੀਂ ਇਸ ਝੂਠੀ ਦੁਨੀਆਂ ਤੋਂ ਧਿਆਨ ਤੋੜ ਲਿਆ। ਗੱਜ ਕੇ ਆਖੋ ਵਾਹਿਗੁਰੂ। ਧਿਆਨ ਹੀ ਤੋੜ ਲਿਆ, ਧਿਆਨ ਹੀ ਤੋੜ ਲਿਆ। ਹੁਣ ਇਹਦਾ ਮਤਲਬ ਇਹ ਨਹੀਂ ਸੀਗਾ ਵੀ ਮਹਾਰਾਜ ਸੰਸਾਰ ਨੂੰ ਛੱਡ ਕੇ ਇੱਕ ਪਾਸੇ ਜੰਗਲ 'ਚ ਬਹਿ ਗਏ। ਜੰਗਲ ਵੀ ਤਾਂ ਸੰਸਾਰ ਵਿੱਚ ਹੀ ਹੈਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਰਹਿੰਦੇ ਸੰਸਾਰ 'ਚ ਹੀ ਹੈ, ਪਰ ਧਿਆਨ ਰੱਬ ਨਾਲ ਜੋੜਿਆ, ਸੰਸਾਰ ਨਾਲੋਂ ਤੋੜਿਆ ਹੈ ਜੀ। ਅਸੀਂ ਇੰਨੇ ਸੰਸਾਰ ਵਿੱਚ ਖਚਤ ਹੈਗੇ ਹੈ, ਮਾਫ਼ ਕਰਿਓ, ਅੱਧਾ ਪੌਣਾ ਘੰਟਾ ਗੁਰਮੰਤਰ ਜਪੋ, ਵਾਹਿਗੁਰੂ 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 ਵਾਹਿਗੁਰੂ। 4-5 ਮਿੰਟ ਤਾਂ ਮਨ ਟਿਕ ਜਾਏਗਾ ਜੀ, 4-5 ਮਿੰਟ। ਉਹਦੇ ਤੋਂ ਬਾਅਦ 25 ਮਿੰਟ ਜਿਹੜਾ ਨਾ ਜੀ ਸੰਸਾਰ ਦਾ ਸਿਮਰਨ ਚੱਲਦਾ ਜੀ। ਕਦੀ ਕੋਈ ਸੋਚ ਆ ਜਾਂਦੀ ਜੀ, ਉਹ ਮੁੱਕਦੀ ਫਿਰ ਦੂਜੀ ਤੁਰ ਪੈਂਦੀ, ਉਹ ਮੁੱਕਦੀ ਤੀਜੀ ਤੁਰ ਪੈਂਦੀ ਹੈ ਜੀ, ਤੀਜੀ ਤੁਰ ਪੈਂਦੀ ਹੈ। ਸੰਸਾਰ ਦਾ ਧਿਆਨ ਟੁੱਟਦਾ ਹੀ ਨਹੀਂ ਜੀ, ਟੁੱਟਦਾ ਹੀ ਨਹੀਂ। 24 ਘੰਟੇ ਇੱਕ ਦਿਨ ਵਿੱਚ ਨੇ, ਬੰਦਾ ਸੋਚ ਰਿਹਾ ਵੀ 23 ਘੰਟੇ ਸੰਸਾਰ 'ਚ ਧਿਆਨ ਰੱਖਣਾ, 23.5 ਘੰਟੇ ਸੰਸਾਰ 'ਚ ਧਿਆਨ ਰੱਖਣਾ, ਅੱਧਾ ਘੰਟਾ ਧਿਆਨ ਤੋੜ ਕੇ ਇੱਕ ਪਾਸੇ ਸਿਮਰਨ ਵਾਲੇ ਪਾਸੇ ਖੜਨਾ, ਉਸ ਅੱਧੇ ਘੰਟੇ 'ਚੋਂ ਹੋ ਸਕਦਾ 5 ਮਿੰਟ ਵੀ ਧਿਆਨ ਨਾ ਲੱਗੇ ਜੀ। ਅਤੇ ਬਹੁਤਾ ਸਮਾਂ ਜਿਹੜਾ ਧਿਆਨ ਹੈ ਉਹ ਸੰਸਾਰ ਦੇ ਵਿੱਚ ਰਹੇ, ਸੰਸਾਰ ਵਿੱਚ ਜੀ। ਇਸ ਕਰਕੇ ਮਹਾਰਾਜ ਪਦਮਨੀ ਨੂੰ ਕਹਿ ਰਹੇ ਹੈ, ਮਹਾਰਾਜ ਕਹਿੰਦੇ ਪਦਮਨੀ ਅਸੀਂ ਸਾਰਾ ਸਮਾਂ ਹੀ ਆਪਣਾ ਧਿਆਨ ਸੰਸਾਰ ਤੋਂ ਤੋੜਤਾ। ਮਹਾਰਾਜ ਕਹਿੰਦੇ ਹਾਂਜੀ, ਕਾਮ ਕ੍ਰੋਧ ਬਿਖ ਬੱਜਰ ਭਾਰ, ਦੁਨੀਆਂ ਕੀ ਲਈ ਫਿਰਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਦੁਨੀਆਂ ਲਈ ਫਿਰਦੀ ਹੈ ਕਾਮ ਦਾ ਅਤੇ ਕ੍ਰੋਧ ਦਾ ਭਾਰ ਆਪਣੇ ਸਿਰ 'ਤੇ ਚੁੱਕੀ ਫਿਰਦੀ ਹੈ ਜੀ, ਕਾਮ ਦਾ ਅਤੇ ਕ੍ਰੋਧ ਦਾ ਜੀ। ਤੁਸੀਂ ਪੁੱਛੋਗੇ ਇਹਨਾਂ ਦਾ ਵੀ ਭਾਰ ਹੁੰਦਾ? ਸੰਗਤ ਜੀ, ਇਹਨਾਂ ਦਾ ਭਾਰ ਬੜਾ ਜ਼ਬਰਦਸਤ ਹੁੰਦਾ ਹੈ ਜੀ, ਬੜਾ ਜ਼ਬਰਦਸਤ ਭਾਰ ਹੁੰਦਾ ਜੀ। ਕਈ ਵਾਰੀ 24-24 ਘੰਟੇ ਬੰਦਾ ਕ੍ਰੋਧ ਵਿੱਚ ਰਹਿੰਦਾ ਤਾਂ ਸਿਰ 'ਤੇ ਗੁੱਸੇ ਦੀ ਪਾਂਡੀ ਚੁੱਕੀ ਫਿਰਦਾ ਜੀ। ਕਈ ਵਾਰੀ ਬੰਦਾ ਅੰਦਰੋਂ ਸ਼ਾਂਤ ਲੱਗਦਾ ਜੀ, ਛੇੜ ਕੇ ਵੇਖੋ ਗੁੱਸੇ ਦੀ ਪਾਂਡੀ ਹੁੰਦੀ ਹੈ ਜੀ, ਨਿਰੀ ਦੀ ਉਹ ਜੀ ਗੁੱਸੇ ਦੀ ਪੰਡ ਹੁੰਦੀ ਹੈ। ਮਹਾਰਾਜ ਕਹਿੰਦੇ ਪਦਮਨੀ ਸੰਸਾਰ ਕਾਮ ਦੀ ਪੰਡ ਚੁੱਕੀ ਫਿਰਦਾ ਆਪਣੇ ਸਿਰ 'ਤੇ, ਕ੍ਰੋਧ ਦੀ ਪੰਡ ਚੁੱਕੀ ਫਿਰਦਾ ਹੀ ਸੰਸਾਰ ਨਾਲ ਧਿਆਨ ਲਾ ਕੇ ਕੀ ਕਰਾਂਗੇ? ਮਹਾਰਾਜ ਕਹਿੰਦੇ ਹਾਂਜੀ, ਨਾਮ ਬਿਨਾ ਕੈਸੇ ਗੁਣ ਚਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਦਮਨੀ ਇਹ ਸੰਸਾਰ ਜਿਹੜੀ ਕਾਮ ਕ੍ਰੋਧ ਦੀ ਪੰਡ ਚੁੱਕੀ ਫਿਰਦਾ ਨਾ, ਇਹ ਨਾਮ ਜਪਣ ਤੋਂ ਬਗੈਰ ਭਾਰ ਹੌਲਾ ਨਹੀਂ ਆਉਣਾ। ਗੱਜ ਕੇ ਆਖੋ ਵਾਹਿਗੁਰੂ। ਕਈ ਗੁਰਮੁਖ ਪਿਆਰੇ ਅਭਿਆਸੀ ਦੱਸਦੇ ਆ, ਕਹਿੰਦੇ ਜਦੋਂ ਅੱਧਾ ਪੌਣਾ ਘੰਟਾ ਨਾਮ ਜਪ ਕੇ ਹਟੀਏ ਨਾ, ਪੂਰੀ ਇਕਾਗਰਤਾ ਨਾਲ, ਸਾਵਧਾਨਤਾ ਨਾਲ ਵਾਹਿਗੁਰੂ 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 ਜਪਿਆ ਹੋਵੇ, ਜਾਂ ਕਈ ਵਾਰੀ ਕਥਾ ਕੀਰਤਨ ਸੁਣ ਕੇ ਉੱਠੀਏ ਤਾਂ ਇੰਝ ਲੱਗਦਾ ਜਿਵੇਂ ਹੌਲੇ ਹੋ ਗਏ ਹੁੰਦੇ ਹਾਂ ਜੀ, ਇੰਝ ਲੱਗਦਾ ਜਿਵੇਂ ਹੌਲੇ ਹੋ ਗਏ ਹੁੰਦੇ ਹੈ। ਉਹ ਕੀ, ਉਹ ਵੇਟ ਸਰੀਰ ਦਾ ਥੋੜ੍ਹੀ ਘੱਟਦਾ ਜੀ, ਉਹ ਜਿਹੜਾ ਪਾਪਾਂ ਦਾ ਬੋਝ ਪਿਆ ਹੁੰਦਾ ਉਹ ਘੱਟਦਾ ਜੀ, ਉਹ ਘੱਟ ਜਾਂਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਦਮਨੀ ਸਿਵਾਏ ਸਿਮਰਨ ਤੋਂ ਨਾ ਕਾਮ ਦਾ ਹੀ ਪਾਪ ਘਟਣਾ ਅਤੇ ਨਾ ਕ੍ਰੋਧ ਦਾ ਹੀ ਭਾਰ ਘਟਣਾ ਜੀ। ਕਾਮ ਦਾ ਵੀ ਭਾਰ ਹੈ ਅਤੇ ਕ੍ਰੋਧ ਦਾ ਵੀ ਭਾਰ ਹੈ। ਕਿਹਦੇ 'ਤੇ ਪਿਆ? ਆਤਮਾ 'ਤੇ ਪਿਆ ਜੀ, ਆਤਮਾ 'ਤੇ ਪਿਆ ਜੀ। ਅਤੇ ਮਹਾਰਾਜ ਬਾਣੀ ਵਿੱਚ ਦੱਸਦੇ ਹੈ, ਕਾਮ ਕ੍ਰੋਧ ਦਾ ਭਾਰ ਇਹੋ ਜਿਹਾ ਆਤਮਾ 'ਤੇ ਪਿਆ ਸਰੀਰ ਨੂੰ ਗਾਲ ਕੇ ਸੁੱਟ ਦਿੰਦਾ ਜੀ। ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਕਹਿੰਦੇ ਨਾਮ ਤੋਂ ਬਗੈਰ ਕਿਵੇਂ ਚੰਗਾ ਆਚਰਣ ਬਣੇ, ਕਿਵੇਂ ਸੋਹਣਾ ਜੀਵਨ ਬਣੇ? ਜਿਹੜਾ ਨਾਮ ਨਹੀਂ ਜਪਦਾ ਨਾ ਜੀ, ਉਹਦਾ ਜੀਵਨ ਸੋਹਣਾ ਨਹੀਂ ਹੋ ਸਕਦਾ ਜੀ।
करके आखो ਵਾਹਿਗੁਰੂ। ਹੁਣ ਇੱਥੇ ਬਣਿਆ ਨੇ ਕਿੰਤੂ ਪਰੰਤੂ ਕਰ ਦੇਣਾ। ਉਹਨੇ ਕਹਿਣਾ ਕਿਉਂ ਸਾਡਾ ਜੀਵਨ ਤਾਂ ਚੰਗਾ ਭਲਾ, ਅਸੀਂ ਕਿਉਂ ਨਹੀਂ, ਅਸੀਂ ਕਿਹੜਾ ਨਾਮ ਜਪਦੇ ਹਾਂ। ਉਹ ਉੱਤੋਂ ਉੱਤੋਂ ਹੀ ਹੈ ਸਾਰਾ ਕੁਛ, ਉੱਤੋਂ ਉੱਤੋਂ ਹੀ ਹੈ, ਉੱਤੋਂ ਉੱਤੋਂ ਹੀ ਹੈ। ਕਈ ਬੰਦੇ ਕਹਿੰਦੇ ਆ ਵੀ ਭਗਤੀ ਕਰਨ ਦੀ ਲੋੜ ਨਹੀਂ, ਗੁਣ ਧਾਰਨ ਕਰ ਲਓ। ਗੁਣ ਧਾਰਨ ਕਰਨਾ ਹੀ ਭਗਤੀ ਹੈ। ਸਾਡੇ ਇੱਕ ਗਿਆਨੀ ਜੀ ਕਥਾ ਕਰਦੇ ਜੀ, ਉਹਨਾਂ ਦਾ ਅੱਠੇ ਪੈਰ ਜ਼ੋਰ ਲੱਗਾ ਅੱਜ ਕੱਲ੍ਹ ਕਥਾ ਵਿੱਚ। ਪਤਾ ਕੀ ਕਹਿੰਦੇ ਜੀ? ਵਾਹਿਗੁਰੂ ਵਾਹਿਗੁਰੂ ਨਹੀਂ ਜਪਣਾ ਚਾਹੀਦਾ, ਚੰਗੇ ਗੁਣ ਧਾਰਨ ਕਰ ਲਓ, ਇਹੋ ਹੀ ਭਗਤੀ ਹੈ, ਇਹੋ ਹੀ ਭਗਤੀ ਹੈ। ਅਤੇ ਸੰਗਤ ਜੀ, ਬਿਨਾਂ ਨਾਮ ਜਪਣ ਤੋਂ ਗੁਣ ਬੰਦੇ ਵਿੱਚ ਆਉਂਦੇ ਹੀ ਨਹੀਂ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਣ ਆ ਵੀ ਜਾਣਗੇ, ਟਿਕਣਗੇ ਨਹੀਂ ਜੀ, ਗੁਣ ਟਿਕਦੇ ਨਹੀਂ। ਜਿਹੜਾ ਬੰਦਾ ਸ਼ਾਂਤ ਹੈ, ਕਹਿੰਦਾ ਭਗਤੀ ਕਰਨ ਦੀ ਲੋੜ ਨਹੀਂ, ਮੇਰੇ 'ਚ ਵੈਸੇ ਹੀ ਗੁਣ ਹੈ, ਚਾਰ ਪੰਜ ਵਾਰ ਇੱਕੋ ਸਵਾਲ ਪੁੱਛ ਕੇ ਵੇਖੋ, ਤੱਤਾ ਹੋ ਜਾਏਗਾ ਜੀ ਉਹ ਜੀ। ਨਾਮ ਜਪਣ ਵਾਲੇ ਨਹੀਂ ਹੁੰਦੇ ਜੀ, ਕਿਉਂਕਿ ਅੰਦਰ ਠੰਡ ਵਰਤ ਰਹੀ ਹੈ। ਪਦਮਣੀ ਵੈਸ਼ਿਆ ਜਿਉਂ ਜਿਉਂ ਮਹਾਰਾਜ ਦੇ ਬਚਨ ਸੁਣੇ ਨਾ ਜੀ, ਤਿਉਂ ਤਿਉਂ ਉਹਦਾ ਹਿਰਦਾ ਸ਼ਾਂਤ ਹੋਵੇ ਜੀ। ਹਾਂਜੀ, ਰਹਾਓ ਘਰ ਬਾਲੂ ਕਾ ਘੁੰਮਣ ਘੇਰ। ਮਹਾਰਾਜ ਕਹਿੰਦੇ ਪਦਮਨੀ ਤੂੰ ਸਰੀਰ 'ਤੇ ਮਾਣ ਕਰਦੀ ਹੈ। ਮਹਾਰਾਜ ਕਹਿੰਦੇ ਜਿਸ ਸੋਹਣੇ ਸਰੀਰ 'ਤੇ ਮਾਣ ਕਰ ਰਹੀ ਹੈ ਨਾ, ਇਹ ਸਰੀਰ ਕਹਿੰਦੇ ਮਿੱਟੀ ਦਾ ਬਣਿਆ, ਰੇਤ ਦਾ ਬਣਿਆ, ਰੇਤ ਦਾ। ਪਿਆਰੇ ਉਹ ਰੇਤ ਦਾ ਘਰ ਬਣਿਆ ਹੋਵੇ ਤਾਂ ਬੰਦਾ ਟੈਨਸ਼ਨ ਫਰੀ ਹੋ ਕੇ ਬਹਿ ਜਾਵੇ, ਉਹਦੀ ਮੂਰਖਤਾ ਹੈ ਜੀ। ਕਿਉਂ? ਰੇਤ ਦਾ ਜਿਹੜਾ ਘਰ ਹੈ ਨਾ ਜੀ, ਥੋੜ੍ਹੀ ਜਿਹੀ ਹਵਾ ਤੇਜ਼ ਚੱਲਣੀ ਸ਼ੁਰੂ ਹੋਵੇ, ਹੌਲੀ ਹੌਲੀ ਖਤਮ ਹੋ ਜਾਂਦਾ ਜੀ। ਅਤੇ ਜੇ ਤੂਫਾਨ ਆ ਗਿਆ ਫਿਰ ਰੇਤ ਦਾ ਘਰ ਲੱਭਦਾ ਹੀ ਨਹੀਂ ਜੀ, ਲੱਭਦਾ ਹੀ ਨਹੀਂ, ਲੱਭਦਾ ਹੀ ਨਹੀਂ। ਕਦੀ ਮਹਿਸੂਸ ਕਰਿਆ ਕਰੋ ਜਦੋਂ ਭਜਨ ਕਰਦੇ, ਬਾਣੀ ਪੜ੍ਹਦੇ ਹੋ, ਵੀ ਆਪਾਂ ਮਿੱਟੀ ਦੇ ਘਰ 'ਚ ਬੈਠੇ ਹਾਂ ਅਤੇ ਆਪਾਂ ਕੁਝ ਹੋਰ ਹੈ ਅਤੇ ਘਰ ਕੁਝ ਹੋਰ ਹੈ ਜੀ। ਮੈਂ ਕੁਛ ਹੋਰ ਹੈ ਅਤੇ ਘਰ ਕੁਛ ਹੋਰ ਹੈ, ਸਰੀਰ ਕੁਛ ਹੋਰ ਹੈ। ਮਹਾਰਾਜ ਕਹਿੰਦੇ ਘਰ ਬਾਲੂ ਕਾ ਘੁੰਮਣ ਘੇਰ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਇਹ ਜਿਹੜਾ ਸਰੀਰ ਹੈ ਵਾਬ ਰੋਲੇ ਵਿੱਚ ਰੇਤ ਦੇ ਘਰ ਵਰਗਾ ਜੀ। ਹੁਣ ਘੁੰਮਣ ਘੇਰੀ 'ਚ ਰੇਤ ਦਾ ਘਰ ਟਿਕ ਸਕਦਾ ਜੀ? ਗੱਜ ਕੇ ਆਖੋ ਵਾਹਿਗੁਰੂ। ਘਰ ਬਾਲੂ ਕਾ ਘੁੰਮਣ ਘੇਰ, ਘੁੰਮਣ ਘੇਰੀ ਚੱਲ ਰਹੀ ਹੋਏ, ਵਾਬ ਰੋਲਾ ਚੱਲ ਰਿਹਾ ਹੋਵੇ ਅਤੇ ਰੇਤ ਦਾ ਘਰ ਬਣਿਆ ਹੋਵੇ, ਇੱਕ ਮਿੰਟ ਨਹੀਂ ਲੱਗਦਾ ਜੀ, ਉਹ ਜਾਂਦਾ ਉੱਡ ਕੇ ਜੀ ਸਾਰਾ ਕੁਛ। ਮਹਾਰਾਜ ਕਹਿੰਦੇ ਸਰੀਰ ਵੀ ਰੇਤ ਦਾ ਹੀ ਘਰ ਹੈ ਕਹਿਣ ਲੱਗੇ। ਹਾਂਜੀ, ਬਰਖਸ ਬਾਣੀ ਬੁੱਧ ਬੁਧਾ ਹੇਰ। ਫਿਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ ਜਿਵੇਂ ਮੀਂਹ ਪਵੇ ਅਤੇ ਪਾਣੀ ਇਕੱਠਾ ਹੋਵੇ ਅਤੇ ਬੁਲਬਲੇ ਪਾਣੀ ਦੇ ਬਣਦੇ ਹੈ, ਬੁਲਬਲੇ ਬਣਦੇ ਹੈ। ਹੁਣ ਬੁਲਬੁਲਾ ਹੀ ਹੰਕਾਰ ਕਰੀ ਬੈਠੇ ਜੀ, ਬੁੱਧ ਬੁਧਾ ਹੰਕਾਰ ਕਰੀ ਬੈਠੇ ਅਤੇ ਉਹਦੀ ਮੂਰਖਤਾ ਹੀ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰੀਰ ਵੀ ਬਸ ਪਾਣੀ ਦਾ ਬੁੱਧ ਬੁਧਾ ਹੈ, ਤੂੰ ਤਾਂ ਬੰਦੇ ਆ ਬੁੱਧ ਬੁਧਾ ਪਾਣੀ ਦਾ। ਮਹਾਰਾਜ ਬਾਣੀ 'ਚ ਕਹਿੰਦੇ ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨ ਸੈਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਗੱਜ ਕੇ ਆਖੋ ਵਾਹਿਗੁਰੂ। ਪਾਣੀ ਦਾ ਬੁਦਬੁਦਾ ਰੋਜ਼ ਬਣਦਾ, ਦਿਹਾੜੀ 'ਚ ਪਤਾ ਨਹੀਂ ਕਿੰਨੇ ਕੁ ਬਣਦੇ ਅਤੇ ਖਤਮ ਹੋ ਜਾਂਦੇ। ਇਹ ਜਗਤ ਦੀ ਰਚਨਾ ਹੈ, ਇਹ ਜਗਤ ਦੀ ਰਚਨਾ ਹੈ। ਤੁਸੀਂ ਵੇਖ ਲਿਓ, ਮੈਨੂੰ ਬਚਪਨ ਤੋਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਸ ਸਥਾਨ 'ਤੇ ਸੇਵਾ ਕਰਦਿਆਂ, ਮਹਾਰਾਜ ਨੇ ਸੇਵਾ ਲੈ ਰਹੇ ਹੈ। ਆਪਣੀ ਹਯਾਤੀ ਵਿੱਚ ਬੜੇ ਸਰੀਰ ਵੇਖੇ ਹੈ ਜਿਹੜੇ ਅੱਜ ਕੱਲ੍ਹ ਨਹੀਂ ਵੇਖ ਰਹੇ ਜੀ। ਕੀ ਹੀ ਪਾਣੀ ਦੇ ਬੁਲਬੁਲੇ ਸੀਗੇ ਜੀ, ਖਤਮ ਹੋ ਗਏ ਜੀ ਆਪਣੇ। ਜਿੰਨਾ ਚਿਰ ਦਾਸ ਦਾ ਸਰੀਰ ਹੈ ਜਰੋਂਦਾ, ਮੈਂ ਦਾਸ ਨੇ ਬੜਾ ਵੇਖਿਆ ਜੀ, ਬੜੇ ਪ੍ਰੇਮੀ ਸਾਹਮਣੇ ਬਹਿ ਕੇ ਪਿੱਛੇ ਬੈਠ ਕੇ ਕਥਾ ਸੁਣਨ ਵਾਲੇ ਪਿਆਰੇ ਉਹ ਨਹੀਂ ਵੇਖਦੇ ਜੀ। ਹੁਣ ਤੁਸੀਂ ਵੇਖੋ, ਹਾਂ ਵੀ ਆਉਣ ਸਾਡੇ ਸਾਹਮਣੇ ਬਹਿਣ ਨਹੀਂ ਬਹਿ ਸਕਦੇ ਜੀ। ਅਤੇ ਹੋਰ ਛੱਡੋ, ਇਹ ਤਾਂ ਫਿਰ ਥੋੜ੍ਹਾ ਵੱਡਾ ਟੱਬਰ ਹੈ ਸੰਗਤ ਦਾ,
ਤੁਸੀਂ ਆਪਣੇ ਪਰਿਵਾਰ 'ਚ ਹੀ ਵੇਖ ਲਓ, ਬਹੁਤ ਸਾਰੇ ਬੰਦੇ ਐਸੇ ਜਿਹੜੇ ਪਹਿਲਾਂ ਵੇਖਦੇ ਹੁਣ ਨਹੀਂ ਵੇਖਦੇ ਜੀ, ਹੁਣ ਨਹੀਂ ਵੇਖਦੇ। ਬੜੇ ਐਸੇ ਸਰੀਰ ਨੇ, ਬਹੁਤ ਸਾਰੇ ਐਸੇ ਸਰੀਰ ਨੇ। ਇੱਕ ਮਾਤਾ ਜੀ ਇੱਧਰ ਬਹਿ ਕੇ ਕਥਾ ਸੁਣਦੇ ਹੁੰਦੇ ਸੀ ਭਾਈ ਹਰਬੰਸ ਸਿੰਘ ਜੀ ਦੇ ਘਰ ਦੇ। ਬੜਾ ਚਿਰ ਉਹਨਾਂ ਨੇ ਲੰਗਰ ਬਣਾਉਣ ਦੀ ਇੱਥੇ ਸੇਵਾ ਕੀਤੀ ਜੀ, ਹੁਣ ਕਿੱਥੇ ਲੱਭੋ ਉਹਨਾਂ ਨੂੰ ਜੀ। ਪਾਣੀ ਦਾ ਬੁਲਬੁਲਾ ਸੀਗਾ, ਖਤਮ ਹੋ ਗਿਆ ਜੀ। ਭਾਈ ਇੰਦਰਜੀਤ ਸਿੰਘ ਜੀ ਦੀ ਕੱਲ੍ਹ ਅੰਤਮ ਅਰਦਾਸ ਹੋਈ, ਪਾਣੀ ਦਾ ਬੁਲਬੁਲਾ ਸੀ, ਖਤਮ ਹੋ ਗਿਆ ਜੀ। ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਬੈਠੇ ਇਹਨਾਂ ਦੇ ਘਰ ਦੇ ਪਿੱਛੇ ਬਹਿ ਕੇ ਕਥਾ ਸੁਣਦੇ ਹੁੰਦੇ ਸੀ, ਪਾਣੀ ਦਾ ਬੁਲਬੁਲਾ ਖਤਮ ਹੋ ਗਿਆ ਜੀ। ਇੰਨੀ ਕੀ ਹੋਂਦ ਹੈ ਜਿਹੜਾ ਬੋਲਣ ਦਿਆ ਇਹ ਵੀ ਪਾਣੀ ਦਾ ਬੁਲਬੁਲਾ, ਇਹਨੇ ਵੀ ਇੱਕ ਦਿਨ ਮੁੱਕ ਜਾਣਾ ਜੀ, ਸਾਰਿਆਂ ਨੇ ਮੁੱਕਣਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਪਦਮਣੀ ਬਰਸਨ ਪਾਣੀ ਬੁਦਬੁਦਾ ਹੇਰ। ਮਹਾਰਾਜ ਕਹਿੰਦੇ ਵੇਖ, ਪਾਣੀ ਦਾ ਬੁਦਬੁਦਾ ਜਦੋਂ ਮੀਂਹ ਪੈਂਦਾ, ਪਾਣੀ ਦਾ ਬੁਦਬੁਦਾ ਹੁੰਦਾ, ਥੋੜ੍ਹੇ ਜਿਹੇ ਸਮੇਂ ਬਾਅਦ ਬੁਦਬੁਦਾ ਲੱਭੋ, ਲੱਭਦਾ ਹੀ ਨਹੀਂ ਜੀ। ਗੱਜ ਕੇ ਆਖੋ ਵਾਹਿਗੁਰੂ। ਥੋੜ੍ਹੇ ਸਮੇਂ ਬਾਅਦ ਬੁਦਬੁਦਾ ਲੱਭ, ਮਹਾਰਾਜ ਕਹਿੰਦੇ ਵੇਖ ਉਹਨੂੰ ਲੱਭੇਗਾ, ਉਹ ਨਹੀਂ ਲੱਭਦਾ। ਜਿਵੇਂ ਪਾਣੀ ਦੇ ਬੁਦਬੁਦੇ ਨਹੀਂ ਲੱਭਦੇ, ਉਵੇਂ ਬੰਦੇ ਵੀ ਨਹੀਂ ਲੱਭਦੇ, ਉਵੇਂ ਬੰਦੇ ਵੀ ਨਹੀਂ ਲੱਭਦੇ। ਇੱਕ ਚੀਜ਼ ਸਦਾ ਹੀ ਹੈ, ਕੀ ਹੈ? ਸਿਮਰਨ ਸਦਾ ਹੀ ਹੈ ਜੀ, ਭਜਨ ਸਦਾ ਹੀ ਹੈ। ਵੇਖ ਲਓ, ਆਪਣੇ ਤੋਂ ਪਹਿਲਾਂ ਬੜੇ ਬੜੇ ਮਹਾਂਪੁਰਖ ਹੋਏ, ਸਾਰਿਆਂ ਸਿਮਰਨ ਕੀਤਾ, ਅੱਜ ਤੁਸੀਂ ਕਰ ਰਹੇ, ਆਪਣੇ ਤੋਂ ਬਾਅਦ ਵੀ ਹੁੰਦਾ ਹੀ ਰਹਿਣਾ, ਇਹ ਸਦਾ ਹੀ ਹੈ। ਬਾਕੀ ਮਹਾਰਾਜ ਕਹਿੰਦੇ ਪਦਮਣੀ ਲੱਭ ਕਿੱਥੇ ਬੁਦਬੁਦਾ, ਉਹਨੇ ਨਹੀਂ ਲੱਭਣਾ। ਇਸੇ ਤਰ੍ਹਾਂ ਸੰਗਤ ਜੀ, ਸਰੀਰ ਨੇ ਜਿਹੜੇ ਹੁਣ ਵੇਖਦੇ, ਕੱਲ੍ਹ ਇਹਨਾਂ ਨੇ ਨਹੀਂ ਹੋਣਾ, ਜਿਹੜੇ ਪਹਿਲਾਂ ਨੇ, ਪਹਿਲਾਂ ਸਨ, ਉਹ ਅੱਜ ਨਹੀਂ ਹੈਗੇ, ਇਹ ਬੁਦਬੁਦਾ ਹੈ, ਸਾਰੇ ਜਗਤ ਦੀ ਰਚਨਾ ਹੈ। ਹਾਂਜੀ, ਮਾਤਰ ਬੂੰਦ ਤੇ ਧਰ ਚੱਕ ਫੇਰ। ਜਿਵੇਂ ਘੁਮਿਆਰ ਮਿੱਟੀ ਹੁੰਦੀ, ਮਿੱਟੀ ਦਾ ਢੇਲਾ, ਤੇ ਉਹਨੂੰ ਚੱਕੇ ਤੇ ਲਾ ਕੇ ਨਾ, ਚੱਕੇ ਤੇ ਪਾਣੀ ਦੀਆਂ ਬੂੰਦਾਂ ਲਾ ਕੇ, ਤੇ ਮਿੱਟੀ ਦੇ ਢੇਲੇ ਤੋਂ ਉਹਨੂੰ ਘੜਾ ਬਣਾ ਦਿੰਦਾ ਜੀ। ਅੱਜ ਕੇ ਆਖੋ ਵਾਹਿਗੁਰੂ। ਤੁਹਾਡੇ ਚੋਂ ਬਹੁਤ ਸਾਰਿਆਂ ਨੇ ਟੀਵੀ ਤੇ ਵੇਖਿਆ ਹੋਏਗਾ, ਤੇ ਜਿਹੜੇ ਬਜ਼ੁਰਗ, ਉਹਨਾਂ ਨੇ ਆਪਣੀਆਂ ਅੱਖਾਂ ਸਾਹਮਣੇ ਘੜਾ ਬਣਦਾ ਵੇਖਿਆ ਹੋਏਗਾ ਜੀ। ਤੁਹਾਡੇ ਚੋਂ ਵੇਖਿਆ ਕਿਸੇ ਨੇ ਘੜਾ ਬਣਦੇ ਆ ਜੀ? ਮਿੱਟੀ ਦਾ ਢੇਲਾ ਹੁੰਦਾ ਜੀ, ਮਿੱਟੀ ਦਾ ਢੇਲਾ ਚੱਕੇ ਤੇ ਰੱਖ ਕੇ ਚੱਕਾ ਦਿੰਦਾ ਘੁਮਾ, ਤੇ ਪਾਣੀ ਦੀ ਬੂੰਦ ਲਾ ਲਾ ਕੇ ਤੇ ਮਿੱਟੀ ਦੇ ਢੇਲੇ ਤੋਂ ਘੜਾ ਬਣ ਜਾਂਦਾ ਜੀ, ਉਹ ਘੜਾ ਬਣ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਵੇਂ ਪਾਣੀ ਦੀਆਂ ਬੂੰਦਾਂ ਤੋਂ, ਮਿੱਟੀ ਦਾ ਢੇਲੇ ਤੋਂ ਘੜਾ ਬਣ ਜਾਂਦਾ ਨਾ, ਮਹਾਰਾਜ ਕਹਿੰਦੇ ਰੱਬ ਨੇ ਇਸੇ ਤਰ੍ਹਾਂ ਇਹ ਸਰੀਰ ਬਣਾਇਆ, ਇਹ ਵੀ ਪਾਣੀ ਦੀ ਬੂੰਦ ਹੀ ਹੈ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਇਸ ਇੱਕ ਨਿੱਕੀ ਜਿਹੀ ਬੂੰਦ ਤੋਂ ਘੜਾ ਬਣਿਆ ਜੀ, ਇਹ ਮਿੱਟੀ ਦਾ ਸਰੀਰ ਬਣਿਆ ਜੀ। ਹਾਂਜੀ, ਸਰਬ ਜੋਤ ਨਾਮੈ ਕੀ ਚੇਰ। ਪਰ ਇੱਕ ਗੱਲ ਚੇਤਾ ਰੱਖੀ, ਇਹ ਜਿੰਨੀਆਂ ਜੋਤਾਂ ਹੈ, ਜਿੰਨੇ ਘੜੇ ਹੈ, ਸਰੀਰ ਹੈ, ਸਾਰੇ ਨਾਮ ਕਰਕੇ ਹੀ ਹੈ। ਜੇ ਪਿੱਛੇ ਵਾਹਿਗੁਰੂ ਨੇ ਰੂਹ ਖਿੱਚ ਲਈ ਤੇ ਘੜਾ ਟੁੱਟ ਜਾਂਦਾ ਜੀ। ਜਿੰਨੀਆਂ ਜੋਤਾਂ ਸਭ ਨਾਮ ਕਰਕੇ ਹੀ ਜਗ ਰਹੀਆਂ ਨੇ, ਨਾਮ ਕਰਕੇ ਜਗ। ਕੋਈ ਦੀਵਾ ਬਲ ਰਿਹਾ, ਉਹਦੇ ਵਿੱਚ ਘਿਓ ਹੈ ਜੀ, ਘਿਓ ਖਤਮ, ਦੀਵਾ ਬੁੱਝ ਜਾਂਦਾ ਹੈ। ਮਹਾਰਾਜ ਕਹਿੰਦੇ ਬਸ ਇਹੋ ਕੁਛ ਹੀ ਆ ਦੁਨੀਆ, ਅੰਦਰ ਨਾਮ ਦੀ ਜੋਤ ਖਤਮ, ਬੰਦਾ ਖਤਮ ਜੀ। ਹਾਂਜੀ, ਸਰਬ ਉਪਾਏ ਗੁਰੂ ਸਿਰ ਮੋਰ। ਗੱਜ ਕੇ ਆਖੋ ਵਾਹਿਗੁਰੂ। ਹੁਣ ਇਹ ਘੜਾ ਸਫਲਾ ਕਿਵੇਂ ਹੋਵੇ? ਮਹਾਰਾਜ ਕਹਿੰਦੇ ਪਦਮਨੀ, ਇਹ ਘੜਾ ਸਫਲਾ ਕਿਵੇਂ ਹੋਵੇ, ਇਹ ਕਿਵੇਂ ਸਫਲਾ ਹੋਵੇ? ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਾਰੇ ਤਰੀਕਿਆਂ ਤੋਂ ਉੱਤਮ ਜਿਹੜਾ ਤਰੀਕਾ ਹੈ, ਗੁਰੂ ਨਾਨਕ ਸਾਹਿਬ ਕਹਿੰਦੇ, ਉਹ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ, ਗੁਰੂ ਦੇ ਚਰਨੀ ਲੱਗਣਾ ਹੈ। ਸਤਿਗੁਰੂ ਨੇ ਕੀ ਦੇਣਾ? ਗੁਰਮੰਤਰ। ਸਿੱਖ ਨੇ ਕੀ ਕਰਨਾ? ਗੁਰਮੰਤਰ ਦੀ ਕਮਾਈ, ਅਤੇ ਫਿਰ ਸਭ ਤੋਂ ਉੱਤਮ ਤਰੀਕਾ 'ਤੇ ਗੁਰੂ ਦੀ ਹਜ਼ੂਰੀ 'ਚ ਆਉਣਾ। ਇਹਦੇ ਤੋਂ ਉੱਤੇ ਕੋਈ ਤਰੀਕਾ ਨਹੀਂ ਹੈਗਾ ਜੀ। ਸਰਬ ਉਪਾਏ ਗੁਰੂ ਸਿਰ ਮੋਰ। ਪਦਮਨੀ, ਜੇ ਤੂੰ ਇਸ ਸੰਸਾਰ ਤੋਂ ਬਚਣਾ ਚਾਹੁੰਦੀ ਹੈ, ਕਾਂ ਵਰਗੇ ਸਰਨ ਸੰਸਾਰ ਤੋਂ, ਜਿਹੜਾ ਗੰਦਗੀ 'ਤੇ ਬਹਿੰਦਾ, ਗੰਦਗੀ ਖਾਂਦਾ,
ਮਹਾਰਾਜ ਕਹਿੰਦੇ ਤਰੀਕਾ ਗੁਰੂ ਗੁਰੂ ਦੀ ਸ਼ਰਨ ਚ ਆਉਣਾ ਜੀ। ਹਾਂਜੀ, ਭਗਤ ਕਰੋ ਪੱਗ ਲਾਗੋ ਤੋਰ, ਤੇ ਗੁਰੂ ਕੋਲ ਜਾ ਕੇ ਆਕੜ ਕੇ ਬੈਠਣਾ ਹੈ। ਗੁਰੂ ਕੋਲ ਜਾ ਕੇ ਕੀ ਕਰਨਾ ਹੈ? ਗੁਰੂ ਦੇ ਕੋਲ ਜਾ ਕੇ ਗੁਰੂ ਦੇ ਚਰਨੀ ਲੱਗਣਾ ਹੈ, ਗੁਰੂ ਜੀ ਦੀ ਚਰਨੀ ਲੱਗਣਾ। ਤੇ ਚਰਨੀ ਲੱਗ ਕੇ ਕੀ ਕਰਨਾ? ਭਗਤ ਕਰੋ ਲਾਗੋ ਪੱਗ ਤੋਰ। ਇਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਾਨੋ ਇਉਂ ਦੱਸਦੇ ਹੈ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਸਿੱਧੀ ਪਰਮੇਸ਼ਰ ਨਾਲ ਵੀ ਗੱਲ ਕਰਦੇ ਹੋਣ। ਭਗਤ ਕਰੋ ਪੱਗ ਲਾਗੋ ਤੋਰ, ਪਰਮੇਸ਼ਰ ਦੇ ਚਰਨੀ ਲੱਗਣਾ ਅਤੇ ਫਿਰ ਭਗਤੀ ਕਰਨੀ, ਸਭ ਤੋਂ ਉੱਤਮ ਤਰੀਕਾ ਇਹੋ ਹੀ ਹੈ। ਉਂਝ ਵੇਖ ਲਓ ਬਾਹਰ ਦੀ ਦੁਨੀਆਂ 'ਚ ਬੜਾ ਬੜਾ ਚਾਨਣਾ, ਪਰ ਗੁਰੂ ਤੋਂ ਬਗੈਰ ਅੰਦਰ ਹਨੇਰਾ ਹੀ ਹੈ ਜੀ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਹਾਂਜੀ, ਨਾਮ ਰਤੋ ਚਾਹੋ ਤੁਝ ਔਰ, ਹਾਂਜੀ ਨਾਮ ਦੁਰਾਏ ਚਲੈ ਸੋ ਚੋਰ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਪਦਮਨੀ ਨੂੰ ਦੱਸਦੇ, ਮਹਾਰਾਜ ਕਹਿੰਦੇ ਨਾਮ ਰਤੋ ਚਾਹੋ ਤੁਝ ਔਰ, ਕਹਿੰਦੇ ਜਿਹੜਾ ਉਸ ਵਾਹਿਗੁਰੂ ਜੀ ਦੇ ਪਰਮੇਸ਼ਰ ਜੀ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਉਹ ਨਾਮ 'ਚ ਰੰਗਿਆ ਰਹੇ ਜੀ, ਨਾਮ 'ਚ ਰੰਗਿਆ ਰਹੇ ਅਤੇ ਹਿਰਦੇ ਵਿੱਚ ਸਦਾ ਚਾਹਤ ਹੋਵੇ ਵੀ ਵਾਹਿਗੁਰੂ ਮੈਂ ਤੇਰੇ ਨਾਲ ਜੁੜਿਆ ਰਵਾਂ ਜੁੜਿਆ ਰਵਾਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਅੱਗੋਂ ਪਤਾ ਕੀ ਕਹਿੰਦੇ? ਨਾਮ ਦੁਰਾਏ, ਨਾਮ ਦੁਰਾਏ ਚੱਲੈ ਸੋ ਚੋਰ। ਜਿਹੜੇ ਨਾਮ ਨੂੰ ਲੁਕਾ ਲੈਂਦੇ ਹੈ, ਭਾਵ ਨਾਮ ਨਹੀਂ ਜਪਦੇ, ਮਹਾਰਾਜ ਕਹਿੰਦੇ ਉਹ ਬੰਦਿਆਂ ਦੀ ਹਾਲਤ ਚੋਰਾਂ ਵਰਗੀ ਹੁੰਦੀ, ਚੋਰਾਂ ਵਰਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਨਾਮ ਨਾ ਜਪਹੇ ਸੇ ਚੋਰ ਚੋਰ, ਮਹਾਰਾਜ ਬਾਣੀ 'ਚ ਕਹਿੰਦੇ, ਮਹਾਰਾਜ ਕਹਿੰਦੇ ਜਿਹੜੇ ਨਾਮ ਨਹੀਂ ਜਪਦੇ ਉਹ ਚੋਰਾਂ ਵਰਗੇ ਹੈਗੇ, ਚੋਰਾਂ ਵਰਗੇ ਜੀ, ਚੋਰਾਂ ਵਰਗੇ। ਹਾਂਜੀ, ਚੋਰ ਦੀ ਕਦੀ ਪਤਾ ਲੱਗ ਜੇ ਸਹੀ ਵੀ ਇਹ ਬੰਦਾ ਚੋਰ ਹੈ, ਉਹਦੀ ਕੋਈ ਇੱਜ਼ਤ ਨਹੀਂ ਹੈਗੀ ਜੀ। ਚੋਰੀ ਹੈ ਹੀ ਐਡੀ ਬੁਰੀ ਹੈ, ਚੋਰੀ ਹੈ ਹੀ ਇੰਨੀ ਬੁਰੀ ਹੈ। ਮਹਾਰਾਜ ਕਹਿੰਦੇ ਪਦਮਣੀ ਸਰੀਰ ਮਿਲਿਆ ਵਿਕਾਰਾਂ 'ਚ ਪੈ ਕੇ ਬਰਬਾਦ ਕਰ ਰਹੀ ਹੈ। ਮਹਾਰਾਜ ਕਹਿੰਦੇ ਨਾਮ ਜਪ, ਜਿਹੜੇ ਨਾਮ ਨੂੰ ਲੁਕਾਉਂਦੇ ਚੋਰ ਹੁੰਦੇ ਹੀ, ਉਹ ਚੋਰ ਚੋਰ ਹੁੰਦੇ ਚੋਰ। ਅਤੇ ਹੁੰਦਾ ਕਿ ਚੋਰ ਕੀ ਨਿਆਈ ਜੰਮਪੁਰ ਵੱਧਦਾ, ਅਗਲੇ ਫੜ ਕੇ ਐਵੇਂ ਬੰਨਦੇ ਜਿਵੇਂ ਚੋਰ ਨੂੰ ਬੰਨਿਆ ਹੁੰਦਾ ਜੀ। ਹਾਂਜੀ, ਪਤ ਖੋਈ ਬਿਖ ਅੰਚਲ ਪਾਏ, ਇਹੋ ਜਿਹੇ ਬੰਦਿਆਂ ਦੀ ਇੱਜ਼ਤ ਸਦਾ ਹੀ ਗਵਾਚ ਜਾਂਦੀ ਹੈ। ਪਤ ਖੋਈ, ਪਤ ਕਹਿੰਦੇ ਇੱਜ਼ਤ ਨੂੰ, ਇੱਜ਼ਤ ਗਵਾਚ ਜਾਂਦੀ ਹੈ। ਝੋਲੀ 'ਚ ਕੀ ਪੈਂਦਾ? ਜ਼ਹਿਰ ਪੈਂਦਾ। ਗੱਜ ਕੇ ਆਖੋ ਵਾਹਿਗੁਰੂ। ਬਿਖ ਅੰਚਲ ਪਾਏ, ਉਹਨਾਂ ਦੀ ਝੋਲੀ 'ਚ ਵਿਕਾਰਾਂ ਦਾ ਜ਼ਹਿਰ ਪੈਂਦਾ ਈ ਪਦਮਨੀ, ਜਿਹੜੇ ਇਸ ਸਰੀਰ ਨਾਲ ਨਾਮ ਨਹੀਂ ਜਪਦੇ, ਨਾਮ ਨਹੀਂ ਜਪਦੇ, ਇੱਜ਼ਤ ਵੀ ਗਵਾਚ ਜਾਂਦੀ ਜੀ। ਤੁਸੀਂ ਵੇਖ ਲਓ ਜਿਹੜੇ ਨਾਮ ਨਹੀਂ ਜਪਦੇ ਗਾਂ ਬੜਾ ਬੁਰਾ ਹਾਲ ਹੁੰਦਾ, ਮਹਾਰਾਜ ਬਾਣੀ ਵਿੱਚ ਲਿਖਦੇ ਜੀ, ਕੋਈ ਮੰਨੇ ਨਾ ਮੰਨੇ ਬਾਣੀ 'ਚ ਲਿਖਿਆ ਜੀ। ਜਿਹੜੇ ਵਿਕਾਰ ਕਰਦੇ ਉਹੀ ਝੋਲੀ ਵਿੱਚ ਪੈਂਦੇ ਫਿਰ ਜ਼ਹਿਰ ਬਣ ਕੇ ਜੀ, ਜ਼ਹਿਰ ਬਣ ਕੇ। ਹਾਂਜੀ, ਸਾਚ ਨਾਮ ਰਤੋ ਪਤ ਸਿਓ ਘਰ ਜਾਏ। ਪਦਮਣੀ ਤੇਰੇ ਨਾਲ ਵੀ ਇਸ ਤਰ੍ਹਾਂ ਹੋਏਗਾ, ਮਹਾਰਾਜ ਕਹਿੰਦੇ ਜੇ ਨਾਮ ਨਹੀਂ ਨਾ ਜਪੇਗੀ ਤੇ ਜਿਹੜੇ ਬੰਦੇ ਤੇਰੇ ਸਰੀਰ ਨੂੰ ਬਹੁਤ ਸੋਹਣਾ ਕਹਿੰਦੇ ਹੈ, ਜਦੋਂ ਤੇਰੇ ਸਰੀਰ ਨੇ ਗਲ ਜਾਣਾ ਸੜ ਜਾਣਾ, ਤੇਰੇ ਵੱਲ ਵੇਖਣਾ ਨਹੀਂ ਪਸੰਦ ਕਰਨਾ ਇਹਨਾਂ ਨੇ, ਤੇ ਫਿਰ ਜ਼ਹਿਰ ਖਾ ਕੇ ਬੰਦਾ ਮਰਨ ਨੂੰ ਤਿਆਰ ਹੋ ਜਾਂਦਾ ਇਹੋ ਜਿਹੇ ਸਮੇਂ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਦਮਨੀ ਵਾਹਿਗੁਰੂ ਜੀ ਦਾ ਨਾਮ ਜਪ, ਇੱਜ਼ਤ ਨਾਲ ਆਪਣੇ ਘਰ ਜਾਏਗੀ। ਇਹ ਗਾ ਕੇ ਸੁਣਾ ਰਹੇ ਮਹਾਰਾਜ ਸਾਰਾ ਉਹਨੂੰ, ਇੱਜ਼ਤ ਨਾਲ ਆਪਣੇ ਘਰ ਜਾਏਗੀ, ਇੱਜ਼ਤ ਦੇ ਨਾਲ। ਤੁਸੀਂ ਗਣਕਾ ਦੀ ਸਾਖੀ ਪਰਸੋਂ ਦਾਸ ਨੇ ਬੇਨਤੀ ਕੀਤੀ ਸੀਗੀ, ਬੜੇ ਵੱਡੇ ਪਾਪਣ ਅਤੇ ਮਹਾਂਪੁਰਖਾਂ ਨੇ ਤੋਤਾ ਦੇ ਦਿੱਤਾ, ਤੋਤੇ ਨੂੰ ਨਾਮ ਜਪਾਉਂਦੀ ਜਪਾਉਂਦੀ ਸੱਚਖੰਡ ਚਲੇਗੀ ਜੀ, ਉਹ ਜੀ ਸੱਚਖੰਡ ਵਿੱਚ ਚਲੇਗੀ ਜੀ। ਪਤ ਸਿਉਂ ਘਰ ਜਾਏ, ਇੱਜ਼ਤ ਦੇ ਨਾਲ ਬੰਦਾ ਸੱਚਖੰਡ ਜਾਂਦਾ, ਇੱਜ਼ਤ ਨਾਲ ਆਪਣੇ ਹਿਰਦੇ ਰੂਪੀ ਘਰ ਵਿੱਚ ਪਹੁੰਚ ਜਾਂਦਾ ਜੀ। ਹਾਂਜੀ, ਜੋ ਕਿਛ ਕੀਨਸ ਪ੍ਰਭ ਰਜਾਏ,
ਪੈ ਮਾਨੈ ਨਿਰਭਉ ਮੇਰੀ ਮਾਂ ਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਫਿਰ ਬੰਦੇ ਦੀ ਅਵਸਥਾ ਪਤਾ ਕੀ ਬਣਦੀ ਹੈ, ਜੋ ਕੁਝ ਹੋ ਰਿਹਾ ਸਭ ਰਜਾ ਚ ਹੀ ਹੋ ਰਿਹਾ, ਗੱਜ ਕੇ ਆਖੋ ਵਾਹਿਗੁਰੂ। ਪਰ ਇੱਕ ਗੱਲ ਦਾ ਚੇਤਾ ਰੱਖਣਾ, ਵਾਹਿਗੁਰੂ ਜੀ ਦਾ ਡਰ ਜ਼ਰੂਰ ਰੱਖਣਾ, ਡਰ ਜ਼ਰੂਰ ਰੱਖਣਾ। ਭੈ ਮਾਨੈ ਨਿਰਭਉ ਮੇਰੀ ਮਾਏ, ਹੇ ਮੇਰੀ ਮਾਏ, ਜਿਹੜੇ ਰੱਬ ਦਾ ਭੈ ਮੰਨਦੇ ਉਹ ਨਿਰਭਉ ਹੋ ਜਾਂਦੇ, ਉਹਨਾਂ ਨੂੰ ਜਮਾਂ ਤੋਂ ਡਰਨ ਦੀ ਲੋੜ ਨਹੀਂ ਰਹਿੰਦੀ ਜੀ। ਲਓ ਇਸ ਪੰਕਤੀ 'ਤੇ ਸਾਰੀ ਉਮਰ ਹੀ ਬੰਦਾ ਲਾ ਦੇਵੇ ਤਾਂ ਥੋੜ੍ਹੀ ਹੈ ਜੀ। ਰੱਬ ਤੋਂ ਡਰਨਾ, ਰੱਬ ਤੋਂ, ਜਿਹੜਾ ਰੱਬ ਤੋਂ ਡਰਦਾ ਨਾ ਜੀ, ਉਹਨੂੰ ਜਮਾਂ ਤੋਂ ਡਰਨ ਦੀ ਲੋੜ ਨਹੀਂ ਹੈਗੀ ਜੀ। ਕਿਉਂ? ਜਮ ਕਹਿ, ਜਮ ਤਾਂ ਵਿਚਾਰੇ ਨੌਕਰ ਬਣ ਜਾਂਦੇ ਜੀ, ਜਮ ਤੇ ਨੌਕਰ ਬਣ ਜਾਂਦੇ। ਸਵੇਰ ਦੀ ਕਥਾ 'ਚ ਬਚਨ ਆਇਆ ਸਿੱਧ ਗੋਸ਼ਟ ਵਿੱਚ, ਮਹਾਰਾਜ ਕਹਿੰਦੇ ਜਿਹੜੇ ਨਾਮ ਜਪਦੇ ਨਾ ਜਮਾਂ ਨੂੰ ਮਾਰ ਕੇ ਭਜਾ ਦਿੰਦੇ, ਕਹਿੰਦੇ ਉਹ ਜਮਾਂ ਨੂੰ ਮਾਰ ਕੇ ਭਜਾ ਦਿੰਦੇ ਜੀ। ਜਿਹੜਾ ਰੱਬ ਦਾ ਨਾਮ ਜਪਦਾ ਉਹਨੂੰ ਜਮਾਂ ਤੋਂ ਡਰਨ ਦੀ ਲੋੜ ਨਹੀਂ ਹੈਗੀ, ਉਹਨੂੰ ਕਿਸੇ ਹੋਰ ਤੋਂ ਡਰਨ ਦੀ ਲੋੜ ਨਹੀਂ ਹੈਗੀ ਜੀ। ਪਰਮੇਸ਼ਰ ਦੇ ਨਾਮ ਵਿੱਚ ਇੰਨਾ ਵੱਡਾ ਪ੍ਰਤਾਪ ਹੈ। ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਹਾਂਜੀ। ਕਾਮਨ ਚਾਹੈ ਸੁੰਦਰ ਭੋਗ, ਪਾਨ ਫੂਲ ਮੀਠੇ ਰਸ ਰੋਗ। ਹੁਣ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਚੰਗਾ ਸਰੀਰ ਹੈ ਤੇ ਤੂੰ ਸੋਹਣੇ ਸੋਹਣੇ ਰਸ ਚਾਹੁੰਦੀ ਹੈ। ਇੱਕ ਇਸਤਰੀ ਕਹਿੰਦੇ ਸੁੰਦਰ ਭੋਗ ਬਿਲਾਸ ਚਾਹੁੰਦੀ ਹੈ, ਰਸ ਚਾਹੁੰਦੀ ਹੈ, ਪਾਨ ਖਾਂਦੀ ਹੈ, ਫੁੱਲ ਚਾਹੁੰਦੀ ਹੈ, ਫਲ ਚਾਹੁੰਦੀ ਹੈ ਮਿੱਠੇ ਮਿੱਠੇ। ਹਾਂਜੀ। ਖੀਲੈ ਬਿਗਸੈ ਤੇਤੋ ਸੋਗ, ਪ੍ਰਭ ਸਰਨਾਗਤ ਕੀਨਸ ਹੋਗ। ਪਰ ਜਿੰਨਾ ਇਹਨਾਂ ਚੀਜ਼ਾਂ ਵਿੱਚ ਖੇਲਦੀ ਹੈ, ਬੰਦਾ ਵੀ ਖੇਲਣ ਹੀ ਦਿਆ ਜੀ, ਜਿੰਨਾ ਇਹਨਾਂ ਚੀਜ਼ਾਂ ਵਿੱਚ ਖੇਲਦੀ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਬਾਅਦ ਵਿੱਚ ਰੋਣਾ ਪੈਂਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਜਿੰਨਾ ਖੇਲਦੀ ਹੈ ਨਾ, ਜਿੰਨਾ ਬੜਾ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਜਿੰਨਾ ਖੇਲਦੀ ਹੈ, ਜਿੰਨਾ ਮਹਾਰਾਜ ਕਹਿੰਦੇ ਨਾਮ ਵਾਲੇ ਪਾਸਿਓਂ ਧਿਆਨ ਤੋੜ ਕੇ ਹੋਰ ਪਾਸੇ ਲਾਇਆ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਦੁਖੀ ਹੋਣਾ ਪੈਂਦਾ, ਫਿਰ ਉਹਨਾਂ ਰੋਣਾ ਪੈਂਦਾ ਬਾਅਦ ਵਿੱਚ, ਉਹਨਾਂ ਰੋਣਾ ਪੈਂਦਾ। ਮਹਾਰਾਜ ਬਾਣੀ ਵਿੱਚ ਲਿਖਦੇ ਸੱਚੇ ਪਾਤਸ਼ਾਹ, ਵਿਆਪਨ ਸਭੇ ਰੋਗ, ਸਾਰੇ ਰੋਗ ਬਣਦੇ ਬਾਅਦ ਚੋਂ। ਹਾਂਜੀ। ਕਾਪੜ ਪਹਿਰਸ ਅਧਿਕ ਸੀਗਾਰ। ਫਿਰ ਬੰਦਾ ਰੱਬ ਦੀ ਸ਼ਰਨ ਵਿੱਚ ਜਾਂਦਾ, ਫਿਰ ਕਹਿੰਦਾ ਵਾਹਿਗੁਰੂ ਹੁਣ ਕਿਰਪਾ ਕਰ, ਮਿਹਰ ਕਰ, ਮਿਹਰ ਕਰ, ਸਾਡੇ ਨਾਲ ਚੰਗਾ ਹੋਵੇ, ਚੰਗਾ ਹੋਵੇ। ਮਹਾਰਾਜ ਕਹਿੰਦੇ ਕਾਪੜ ਪਹਿਰੇ ਅਧਿਕ ਸ਼ਿੰਗਾਰ, ਸੋਹਣੇ ਕੱਪੜੇ ਪਾਉਣੇ, ਸ਼ਿੰਗਾਰ ਕਰਨਾ ਆਪਣੇ ਤਨ 'ਤੇ। ਹਾਂਜੀ। ਮਾਟੀ ਫੁੱਲੀ ਰੂਪ ਵਿਕਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਐਂਜੀ ਹੈ ਜਿਵੇਂ ਮਿੱਟੀ ਨੂੰ ਫੁੱਲਾਂ ਨਾਲ ਸਜਾਇਆ ਹੋਵੇ ਜੀ। ਗੱਜ ਕੇ ਆਖੋ ਵਾਹਿਗੁਰੂ। ਮਿੱਟੀ ਨੂੰ ਕੋਈ ਫੁੱਲਾਂ ਨਾਲ ਸਾਧ ਸੰਗਤ ਜੀ ਸ਼ਿੰਗਾਰ ਦੇਵੇ, ਕਿੰਨਾ ਕੁ ਲਾਭ ਹੈ ਜੀ। ਮਿੱਟੀ ਨੂੰ ਫੁੱਲਾਂ ਨਾਲ ਕੋਈ ਸ਼ਿੰਗਾਰ ਦੇਵੇ। ਮਹਾਰਾਜ ਕਹਿੰਦੇ ਮਾਟੀ ਫੁੱਲੀ ਰੂਪ ਬੇਕਾਰ, ਉਹ ਇਸ ਤਰ੍ਹਾਂ ਹੀ ਹੈ ਜਿਵੇਂ ਸੋਹਣੇ ਕੱਪੜੇ ਪਾਉਣੇ, ਕਈ ਪ੍ਰਕਾਰ ਦੇ ਸੈਂਟ ਪਰਫਿਊਮ ਅਤਰ ਫਲੇਲਾਂ ਲਾਉਣੀਆਂ, ਉਹ ਇਸ ਤਰ੍ਹਾਂ ਹੀ ਹੈ ਜਿਵੇਂ ਮਿੱਟੀ 'ਤੇ ਫੁੱਲ ਲਾ ਕੇ ਮਿੱਟੀ ਤਿਆਰ ਸ਼ਿਆਰ ਕੀਤੀ ਹੋਏ ਜੀ। ਉਹ ਕੀ ਹੈ ਰੂਪ ਬੇਕਾਰ, ਵਿਅਰਥ ਹੈ ਜੀ ਸਾਰਾ ਰੂਪ। ਹਾਂਜੀ। ਆਸਾ ਮਨਸਾ ਬੰਦ ਹੋ ਬਾਰ। ਕਰਦਾ ਕੀ ਬੰਦਾ ਤਿਆਰ ਸ਼ਿਆਰ ਹੋ ਕੇ, ਆਸਾ ਮਨਸਾ ਦਾ ਦਰਵਾਜ਼ਾ ਆਪਣੇ ਤਨ ਨੂੰ ਲਾਇਆ ਅਤੇ ਨਾਮ ਨਹੀਂ ਜਪਦਾ ਜੀ। ਆਸਾ ਕੀ ਹੈ? ਬੜੇ ਚਿਰ ਦੀ ਇੱਛਾ। ਗੁਰਬਾਣੀ 'ਚ ਤੁਸੀਂ ਸ਼ਬਦ ਸੁਣਦੇ ਇੱਕ ਆਸਾ ਇੱਕ ਮਨਸਾ। ਆਸਾ ਕਹਿੰਦੇ ਬੜੇ ਚਿਰ ਦੀ ਇੱਛਾ ਨੂੰ, ਅਤੇ ਮਨਸਾ ਕਹਿੰਦੇ ਹੁਣੇ ਹੁਣੇ ਪੈਦਾ ਹੋਈ ਜੀ। ਕਈ ਵਾਰੀ ਆਸਾ ਅਤੇ ਮਨਸਾ ਬੰਦਾ ਲੁਕਾ ਕੇ ਰੱਖਦਾ, ਕਿਸੇ ਨੂੰ ਨਹੀਂ ਦੱਸਦਾ ਜੀ ਆਸਾ ਅਤੇ ਮਨਸਾ, ਪਰ ਗੁਰੂ ਸਾਹਿਬ ਜਾਣਦੇ ਜੀ। ਮਹਾਰਾਜ ਕਹਿੰਦੇ ਆਸਾ ਅਤੇ ਮਨਸਾ ਨਹੀਂ ਟਿਕਣ ਦਿੰਦੀਆਂ ਜੀ, ਨਾਮ ਜਪਦਿਆਂ ਵੀ ਨਹੀਂ ਟਿਕਣ ਦਿੰਦੀਆਂ। ਨਾਮ ਜਪਦਿਆਂ ਜਪਦਿਆਂ ਵੇਖੋ ਕਈ ਫੁਰਨੇ ਬਣ ਜਾਂਦੇ। ਬਸ ਮਹਾਰਾਜ ਸੱਚੇ ਪਾਤਸ਼ਾਹ ਇਸ ਵਾਰ ਬਾਣੀ ਪੜ੍ਹਨ ਦਿਆ, ਨਾਮ ਜਪਣ ਦਿਆ,
ਤੇ ਮਨ ਫੁਰਨੇ ਬਣਾਉਂਦੇ ਆ ਵੀ ਆਹ ਕੰਮ ਹੋ ਜਾਏ ਤੇ ਬੜਾ ਵਧੀਆ ਹੋ ਜਾਏ। ਮਹਾਰਾਜ ਨਾਮ ਜਪਦਾ ਆ ਫਲ ਦੇ ਦਿਓ। ਹਾਂਜੀ, ਨਾਮ ਬਿਨਾ ਸੂਨਾ ਘਰ ਬਾਰ, ਉਹ ਤੇ ਪਰਾਂ ਪਰਾਂ ਹੀ ਰਹਿ ਜਾਂਦਾ, ਹਿਰਦੇ ਚ ਨਾਮ ਨਹੀਂ ਜਾਂਦਾ ਤੇ ਸਭ ਖਾਲੀ ਖਾਲੀ ਰਹਿੰਦਾ ਜੀ। ਜਿਵੇਂ ਕੋਈ ਘਰ ਵਿੱਚ ਜੀ ਨਾ ਹੋਵੇ ਤੇ ਘਰ ਖਾਲੀ ਰਹਿੰਦਾ ਨਾ, ਹਿਰਦਾ ਵੀ ਨਾਮ ਤੋਂ ਬਗੈਰ ਖਾਲੀ ਰਹਿੰਦਾ ਜੀ। ਹਾਂਜੀ, ਗਾਚਹੋ ਪੁੱਤਰੀ ਰਾਜਕੁਮਾਰ, ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਐ ਪਦਮਨੀ ਦਾ ਮਨ ਸਹੀ ਹੋਣ ਲੱਗ ਪਿਆ, ਮਹਾਰਾਜ ਕਹਿੰਦੇ ਧੀਏ ਤੂੰ ਰਾਜ ਇਸਤਰੀ ਹੈ ਜਾਂ, ਮਹਾਰਾਜ ਕਹਿੰਦੇ ਹੁਣ ਰਾਜੇ ਆਪਣੇ ਕੋਲ ਜਾ। ਕਹਿੰਦੇ ਵੇਖ ਲਓ, ਵੈਛਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਧੀ ਆਖ ਦਿੱਤਾ ਜੀ, ਕੋਈ ਨਹੀਂ ਕਹਿੰਦਾ ਜੀ। ਗਾਛੋ ਪੁੱਤਰੀ ਰਾਜਕੁਮਾਰ, ਰਾਜ ਕੰਨਿਆ ਗਾਛੋ ਜਾ, ਮਹਾਰਾਜ ਕਹਿੰਦੇ ਇੱਥੇ ਵਕਾਰਾਂ ਦੀ ਆਸ ਨਾ ਰੱਖੀ। ਹਾਂਜੀ, ਨਾਮ ਭਣਹੋ ਸੱਚ ਦੋਤ ਸਵਾਰ, ਜਾ ਨਾਮ ਜਪ ਅੰਮ੍ਰਿਤ ਵੇਲਾ ਹੋ ਗਿਆ ਸੀ, ਬਚਨ ਕਰਦਿਆਂ ਅੰਮ੍ਰਿਤ ਵੇਲਾ ਹੋ ਗਿਆ। ਦੋਤ ਕਹਿੰਦੇ ਅੰਮ੍ਰਿਤ ਵੇਲੇ ਨੂੰ, ਅੰਮ੍ਰਿਤ ਵੇਲੇ ਨੂੰ, ਜਵਾਨੀ ਨੂੰ ਵੀ ਦੋਤ ਕਹਿੰਦੇ ਕਈ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਹੋ ਗਿਆ, ਜਾ ਜਾ ਕੇ ਅੰਮ੍ਰਿਤ ਵੇਲਾ ਸਵਾਰ ਆਪਣਾ, ਅੰਮ੍ਰਿਤ ਵੇਲਾ ਸਵਾਰ। ਆਹ ਜੀਵਨ ਵੀ ਅੰਮ੍ਰਿਤ ਵੇਲਾ ਹੀ ਹੈ ਸਾਰਾ, ਸਾਧ ਸੰਗਤ ਜੀ। ਹਾਂਜੀ, ਪ੍ਰਿਓ ਸੇਵਹੋ ਪ੍ਰਭ ਪ੍ਰੇਮ ਆਧਾਰ, ਗੁਰ ਸ਼ਬਦੀ ਬਿਖ ਤਿਆਸ ਨਿਵਾਰ। ਆਪਣੇ ਪਤੀ ਦੀ ਸੇਵਾ ਕਰ ਤੇ ਪਰਮੇਸ਼ਰ ਨਾਲ ਪਿਆਰ ਕਰ ਤੇ ਗੁਰੂ ਦਾ ਸ਼ਬਦ ਜਪ, ਸਾਰੀ ਪਿਆਸ ਬੁੱਝ ਜਾਏਗੀ। ਦੋ ਪੰਕਤੀਆਂ ਰਹਿ ਗਈਆਂ, ਬੜੇ ਧਿਆਨ ਨਾਲ ਸੁਣਿਓ। ਹਾਂਜੀ, ਮੋਹਨ ਮੋਹੇ ਲੀਆ ਮਨ ਮੋਹੇ, ਤੇ ਪਦਮਣੀ ਕਹਿੰਦੀ ਹੈ ਮਹਾਰਾਜ ਤੁਹਾਡਾ ਮਨ ਮੋਹਿਆ ਹੀ ਨਹੀਂ ਗਿਆ ਮੇਰੇ ਤੋਂ। ਮਹਾਰਾਜ ਕਹਿੰਦੇ ਪਦਮਣੀ ਸੁਣ, ਇਸਤਰੀ ਕਿਸੇ ਪੁਰਸ਼ ਤੇ ਮੋਹਤ ਹੁੰਦੀ ਤੇ ਪੁਰਸ਼ ਕਿਸੇ ਇਸਤਰੀ ਤੇ, ਇਸਤਰੀ ਕਦੇ ਇਸਤਰੀ ਤੇ ਮੋਹਤ ਨਹੀਂ ਹੁੰਦੀ। ਤੂੰ ਵੀ ਇਸਤਰੀ, ਮੈਂ ਵੀ ਇਸਤਰੀ ਹਾਂ, ਸਾਰੇ ਆਪਾਂ ਇਸਤਰੀਆਂ ਹੀ ਹਾਂ। ਪਤੀ ਕੌਣ ਹੈ? ਪਰਮੇਸ਼ਰ। ਮਹਾਰਾਜ ਕਹਿੰਦੇ ਤੂੰ ਵੀ ਇਸਤਰੀ ਹੈ ਤੇ ਮੈਂ ਵੀ ਇਸਤਰੀ ਹਾਂ, ਇਸਤਰੀ ਨੇ ਇਸਤਰੀ ਤੇ ਕੀ ਮੋਹਤ ਹੋਣਾ। ਮਹਾਰਾਜ ਕਹਿੰਦੇ ਮੇਰਾ ਮਨ ਮੋਹਿਆ ਗਿਆ ਰੱਬ ਨਾਲ, ਗੱਜ ਕੇ ਆਖੋ ਵਾਹਿਗੁਰੂ, ਮੇਰਾ ਆਪਣੇ ਪਤੀ ਨਾਲ ਮਨ ਮੋਹਿਆ ਗਿਆ। ਕਹਿੰਦੇ ਮੋਹਨ ਮੋਹੇ ਲਿਆ ਮਨ ਮੋਹੇ। ਹਾਂਜੀ, ਗੁਰ ਕੈ ਸ਼ਬਦ ਪਛਾਨਾ ਤੋਹੇ, ਗੁਰ ਕੈ ਸ਼ਬਦ ਪਛਾਨਾ ਤੋਹੇ, ਗੁਰੂ ਦੇ ਸ਼ਬਦ ਨਾਲ ਮੈਂ ਤੈਨੂੰ ਪਛਾਣ ਲਿਆ, ਤੂੰ ਵੀ ਮਿੱਟੀ ਹੈ। ਅੰਦਰ ਦਾ ਰੂਪ ਸੱਚ ਚਿੱਤ ਆਨੰਦ ਹੈ, ਬਾਹਰੋਂ ਤੂੰ ਵੀ ਮਿੱਟੀ ਹੈ, ਦੱਸ ਤੇਰੇ ਨਾਲ ਕਾਹਦਾ ਮੋਹ ਪਾਉਣਾ। ਮਹਾਰਾਜ ਕਹਿੰਦੇ ਮਿੱਟੀ ਨਾਲ ਕਾਹਦਾ ਮੋਹ ਪਾਉਣਾ। ਹਾਂਜੀ, ਨਾਨਕ ਠਾਂਡੇ ਚਾਹੇ ਪ੍ਰਭੂ ਦੁਆਰ, ਤੇਰੇ ਨਾਮ ਸੰਤੋਖੇ ਕਿਰਪਾ ਧਾਰ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਵੀ ਮੈਂ ਤਾਂ ਸਦਾ ਹੀ ਉਸ ਰੱਬ ਦੇ ਦਰਵਾਜ਼ੇ 'ਤੇ ਖਲੋਤਾ, ਉਹਦੇ ਕੋਲ ਦਰਸ਼ਨ ਮੰਗਦਾ। ਹੇ ਵਾਹਿਗੁਰੂ ਮੇਰੇ 'ਤੇ ਕਿਰਪਾ ਕਰ ਅਤੇ ਕਿਰਪਾ ਕਰ, ਸੰਤੋਖ ਬਣੇ ਅਤੇ ਤੇਰੇ ਨਾਮ ਨਾਲ ਮੇਰਾ ਪਿਆਰ ਪਵੇ। ਇਹ ਸ਼ਬਦ ਮਹਾਰਾਜ ਨੇ ਪਦਮਣੀ ਨੂੰ ਗਾ ਕੇ ਸੁਣਾਇਆ। ਲਓ, ਐਸਾ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਸੁਣਾਇਆ, ਉਸ ਦਿਨ ਤੋਂ ਬਾਅਦ ਪਦਮਣੀ ਨੇ ਨਾਮ ਜਪਣਾ ਸ਼ੁਰੂ ਕਰਤਾ ਅਤੇ ਜ਼ਿੰਦਗੀ 'ਚ ਮਾੜਾ ਕੰਮ ਕੀਤਾ ਹੀ ਨਹੀਂ ਜੀ ਕੋਈ ਜੀ। ਐਡੀ ਮਿਹਰ ਹੋ ਗਈ ਜੀ ਪਦਮਣੀ 'ਤੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਆਓ 2 ਮਿੰਟ ਗੁਰਮੰਤਰ ਦਾ ਜਾਪ ਕਰ ਲਈਏ, ਸਮਾਂ ਹੋ ਗਿਆ, ਫਿਰ ਦਾਸ ਖਿਮਾ ਮੰਗੇਗਾ। ਐਂ ਲੱਕ ਸਿੱਧੇ ਕਰੋ ਸਾਰੇ, ਪ੍ਰੇਮ ਨਾਲ ਸਾਵਧਾਨ ਹੋ ਕੇ ਨਾ ਵਾਹਿਗੁਰੂ ਦੇ ਵਿੱਚ ਆਪਣਾ ਧਿਆਨ ਲਾਉਣਾ ਹੈ, ਰਸਨਾ ਤੋਂ ਉਚਾਰਨਾ ਹੈ, ਸੁਰਤ ਜਿਹੜੀ ਉਹ ਸ਼ਬਦ ਵਿੱਚ ਲਾਉਣੀ ਹੈ। ਕਹੋ ਪ੍ਰੇਮ ਨਾਲ ਵਾਹਿਗੁਰੂ, ਵਾਹਿ ਗੁਰੂ।
ਜਿਹੜਾ ਧਿਆਨ ਹੈ ਉਹ ਸ਼ਬਦ ਵਿੱਚ ਰੱਖਣਾ ਹੈ, ਸੁਰਤ ਨੂੰ ਟਿਕਾ ਕੇ ਰੱਖਣਾ। ਜੋ ਕੰਨਾਂ ਤੋਂ ਬੋਲ ਰਹੇ ਹਾਂ ਉਹਨੂੰ ਪ੍ਰੇਮ ਨਾਲ ਆਪਣੇ ਕੰਨਾਂ, ਜੋ ਮੁੱਖ ਤੋਂ ਬੋਲਦੇ ਉਹਨੂੰ ਕੰਨਾਂ ਨਾਲ ਸਰਵਣ ਵੀ ਕਰਨਾ ਹੈ। ਸਾਰੇ ਬੜੇ ਪ੍ਰੇਮ ਨਾਲ ਕਹੋ ਜੀ, ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਫਤਿਹ ਸਤਿ ਸੰਗਤ ਜੀ।